आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम ए रंग एफएम, तुसी सुन रहे हो रंग एफएम। खुश शाम दी दोस्तों, मैं थोड़ी अपनी जयपाल हाजिर हाँ थोड़ी कचहरी दे अंदर कुछ आर दियां कुछ पार दियां लेके। और मेरे नाल ने चरणजीत सिंह गरेवाल। असीं सोचा सी कि शायद उस टाइम ओह फ्लाइट विच होणगे, आई थिंक एयरपोर्ट ते हैगे ने या किस तरह, आप ही दसणगे। सो मिलदे हां जी आपां उहनां नूं ते फिर तुहानूं बुलाउने आ सी। फतेह हांजी भाजी, सति श्री अकाल। सति श्री अकाल जी, सति श्री अकाल सारिआं नूं। सरप्राइज दित्ता तुसीं, वेरी नाइस। असीं तां सोचिआ कि तुसीं तैयार ही आ। मैं तैयार ही आ फेल होके झंडे दत्ते रिकॉर्ड दे गड़लोक को पुलिस वाले भी रज के नशे कर दे नाले लोकां नू अंडे अंडे कटदे ने। हांजी मेनु हासा भी आंदा। सारिआं नूं वधाईआं, लख लख ਸੋ ਆਪਾਂ ਕਹਿੰਦੇ ਹਾਂ ਜੀ ਆਪਣੇ ਸਰੋਤਿਆਂ ਨੂੰ ਰੰਗ ਐਫ ਐਮ ਵੱਲੋਂ, ਰੰਗ ਐਫ ਐਮ ਦੀ ਸਾਰੀ ਟੀਮ ਵੱਲੋਂ ਔਰ ਜੈਪਾਲ ਗਰੇਵਾਲ, ਚਰਨਜੀਤ ਜੀ ਗਰੇਵਾਲ ਵੱਲੋਂ ਸਾਰਿਆਂ ਨੂੰ ਹੈਪੀ ਵੈਲੈਂਟਾਈਨ ਡੇ। ਖੁਸ਼ ਰਹੋ, ਆਵਾਦ ਰਹੋ, ਭਰਪੂਰ ਖੁਸ਼ੀਆਂ ਦੇ ਨਾਲ ਰਹੋ। ਜ਼ਿੰਦਗੀ ਦੇ ਵਿੱਚ ਹਾਸੇ ਠੱਠੇ ਮਾਣੋ, ਤੰਦਰੁਸਤੀਆਂ ਬਖਸ਼ਣ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ। ਅਸੀਂ ਫਤਿਹ ਬੁਲਾਉਂਦੇ ਹੋਏ ਕਹਿੰਦੇ ਹਾਂ ਕਿ ਹਾਜ਼ਰ ਹਾਂ ਅਸੀਂ ਹੁਣ ਤੁਹਾਡੀ ਕਚਹਿਰੀ ਦੇ ਵਿੱਚ ਤੇ ਤੁਸੀਂ ਹੁਣ ਸੁਣੋਗੇ ਗਰੇਵਾਲ ਸਾਹਿਬ ਨੂੰ। ਇੱਕ ਮੈਂ ਲਾਸਟ ਗੱਲ ਕਹਿਣੀ ਹੈ, ਲਾਸਟ ਗੱਲ ਕਹਿੰਦੇ ਕੁੱਟੀ ਜਾਣ ਗਰੀਬਾਂ ਦੇ ਹੱਡ ਲੋਕੋ, ਲੋਕੀ ਪੈ ਚੀਕਦੇ ਆ ਆਈ ਕੱਪ ਦੇ ਮੂੰਹ ਜਿਓ ਡੱਡ ਲੋਕੋ ਭਾਜੀ। ਮਟੀਰੀਅਲ ਬੜਾ ਤਕੜਾ ਲੈ ਕੇ ਆਉਂਦੇ ਹੋ ਰੋਜ਼ ਦੀ ਰੋਜ਼, ਇਹੋ ਜਿਹੇ ਭਿਓ ਭਿਓ ਛਿੱਤਰ ਮਾਰਦੇ ਹੋ ਨਾ ਸੱਚੀ। ਵੇਖੋ ਅੱਜ 15-20 ਦਿਨਾਂ ਤੋਂ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਸੀ। ਸੀਐਮ ਦਾ ਚਿਹਰਾ ਨਹੀਂ ਦਿੱਤਾ। ਉਹ ਐਡਾ ਵੱਡਾ ਮੁੱਦਾ ਬਣਾ ਲਿਆ ਕਿ ਲੋਕਾਂ ਦਾ ਜਿਹੜਾ ਵੀ ਕੰਮ ਸੀ, ਹੋਰ ਕੰਮ ਸੀ, ਸਾਰੇ ਬੰਦ ਹੋ ਗਏ। ਉਹਦੇ ਨਾਲ ਐਕਚੁਅਲੀ ਤਾਂ ਜਿਹੜਾ ਸੀਐਮ ਦਾ ਚਿਹਰਾ ਦੇਣ ਦੀ ਲੋੜ ਨਹੀਂ ਹੁੰਦੀ ਕਿਸੇ ਵੀ ਪਾਰਟੀ ਨੂੰ, ਕਿਉਂਕਿ ਜਿੰਨੇ ਵੀ ਨੁਮਾਇੰਦੇ ਚੁਣੇ ਜਾਂਦੇ ਨੇ, ਚਾਹੇ ਕਾਂਗਰਸ ਚਾਹੇ ਅਕਾਲੀਆਂ ਦੇ, ਉਹ ਇਕੱਠੇ ਹੋ ਕੇ ਉਹ ਇੱਕ ਬੰਦੇ ਨੂੰ ਜਿਹੜਾ ਉਹਨਾਂ ਕਾਬਲ ਹੋਵੇ ਉਹਨੂੰ ਉਹ ਚੁਣਦੇ ਨੇ। ਹੁਣ ਸੰਵਿਧਾਨ ਦੇ ਤੌਰ ਤੇ ਤਾਂ ਇਹ ਗੱਲ ਹੁੰਦੀ, ਪਰ ਇਹਨਾਂ ਨੇ ਏਡਾ ਵੱਡਾ ਮੁੱਦਾ ਬਣਾ ਲਿਆ ਕਿ ਜਿੰਨੇ ਵੀ ਉਹ ਸਾਰੀਆਂ ਸੜਕਾਂ ਟੁੱਟੀਆਂ ਨੂੰ ਭੁੱਲ ਜਾਣ, ਪਿੰਡਾਂ ਦੇ ਹੌਸਪੀਟਲ ਜਿਹੜੇ ਉਹ ਪਿੰਡਾਂ ਦੇ ਹੌਸਪੀਟਲ ਤਾਂ ਹੈ ਨਹੀਂ, ਲੋਕੀ ਉਹਨਾਂ ਨੂੰ ਭੁੱਲ ਜਾਣ, ਪੜ੍ਹਾਈ ਦੇ ਮੁੱਦਿਆਂ ਨੂੰ ਭੁੱਲ ਜਾਣ, ਹੋਰ ਜਿੰਨੇ ਵੀ ਇਹਨਾਂ ਕੋਲ 20-20 ਕਰੋੜ, 15-15 10-10 ਕਰੋੜ ਨਿਕਲਿਆ ਉਹ ਵੀ ਭੁੱਲ ਜਾਣ। ਯਾਨੀ ਕਿ ਸੀਐਮ ਦਾ ਨਾਂ ਦਾ ਐਡਾ ਵੱਡਾ ਮੁੱਦਾ ਬਣਾ ਕੇ ਰੱਖ ਦਿੱਤਾ। ਕੀ ਅੱਜ ਸੀਐਮ ਦਾ ਪੇਸ਼ ਦੇਣ ਦੇ ਨਾਲ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ? ਨਹੀਂ ਹੋਈਆਂ। ਬਿਲਕੁਲ ਵੀ ਨਹੀਂ ਦੋਸਤੋ। ਇਹ ਮੈਂ ਇੱਕੋ ਹੀ ਤੁਹਾਨੂੰ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਅੱਜ ਜੇ ਤੁਹਾਡੇ ਕੋਲ ਟਾਈਮ ਇਮਾਨਦਾਰੀ ਦੇ ਨਾਲ ਵੋਟ ਪਾ ਦਿੱਤੀ, ਤੁਹਾਡੀ ਸਾਡਾ ਜਿਹੜੇ ਪਹਿਲੇ ਮੁੱਦੇ ਨੇ ਪੜ੍ਹਾਈ ਵਾਸਤੇ, ਸਾਡੇ ਬੱਚਿਆਂ ਦੀਆਂ ਪੜ੍ਹਾਈਆਂ ਵਾਸਤੇ, ਸਾਡੇ ਗੱਭਰੂਆਂ ਨੌਜਵਾਨਾਂ ਦੇ ਕਾਲਜਾਂ ਵਾਸਤੇ, ਉਸ ਤੋਂ ਬਾਅਦ ਉਹਨਾਂ ਨੂੰ ਜ਼ਿੰਮੇਵਾਰੀ ਹੋਵੇ ਉਹਨਾਂ ਦੀ ਜੌਬ ਵਾਸਤੇ, ਅਤੇ ਬਜ਼ੁਰਗਾਂ ਦੀ ਮੈਡੀਕਲ ਹੈਲਥ ਵਾਸਤੇ ਸਹੂਲਤਾਂ ਮਿਲਣ, ਤਿੰਨ ਆਹ ਚਾਰ ਚੀਜ਼ਾਂ ਮਿਲ ਜਾਣ, ਦੇਸ਼ ਆਟੋਮੈਟਿਕ ਤਰੱਕੀ ਕਰ ਜਾਂਦਾ। ਮੈਨੂੰ ਇੱਥੇ ਆਏ ਨੂੰ ਵੀ ਹਫ਼ਤਾ 10 ਦਿਨ ਹਫ਼ਤਾ ਹੋ ਜਾਣਾ, ਮੈਂ ਦੇਖਦਾ ਰਹਿੰਦਾ ਕਿ ਕੰਟਰੀ ਸਾਡੇ ਕੰਟਰੀ ਨਾਲ ਵੀ ਗਰੀਬ ਕੰਟਰੀ ਆ। ਮੈਂ ਤੁਹਾਨੂੰ
ਕਿਹਾ ਤਾਂ ਦੱਸਾਂ ਮੈਂ ਘੁੰਮਦਾ ਫਿਰਦਾ ਦੇਖਦਾ ਰਹਿਣਾ ਪ੍ਰੋਪਰਟੀ ਦੀ ਪ੍ਰਾਈਸ ਪ੍ਰੋਪਰਟੀ ਦੀ ਪ੍ਰਾਈਸ ਤੇ ਸਹੂਲਤਾਂ ਜਿਹੜੀਆਂ ਚੀਜ਼ਾਂ ਸਾਨੂੰ ਨੈਚੁਰਲੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮਿਲਦੀਆਂ ਨੇ ਉਹ ਇੱਥੇ ਇੰਨੀਆਂ ਮਿਲਦੀਆਂ ਨਹੀਂ ਹੈਗੀਆਂ ਇਸ ਕਰਕੇ ਮੈਂ ਕਹਿੰਦਾ ਇਹ ਕੰਟਰੀ ਸਾਡੇ ਨਾਲ ਗਰੀਬ ਆ ਪਰ ਇਹਨਾਂ ਨੇ ਸਿਸਟਮ ਦੇ ਵਿੱਚ ਲਿਆ ਕੇ ਇਸ ਚੀਜ਼ ਨੂੰ ਅਮੀਰ ਬਣਾਇਆ ਹੋਇਆ ਕਿਉਂ ਇਹਨਾਂ ਇਹਨਾਂ ਦੇ ਜਿਹੜੇ ਐਮ ਐਲ ਏ ਐਮ ਪੀ ਨੇ ਉਹ 200 ਕਰੋੜ ਦੇ ਮਾਲਕ ਨਹੀਂ ਬਣਦੇ ਹੈਗੇ ਉਹ ਪੈਸਾ ਪਬਲਿਕ ਦਾ ਪਬਲਿਕ ਨੂੰ ਦਿੱਤਾ ਜਾਂਦਾ ਜਿਹੜੀਆਂ ਇਹਨਾਂ ਦੀਆਂ ਬਿਲਡਿੰਗਾਂ ਨੇ ਮੈਂ ਅੱਜ ਸੋਚ ਰਿਹਾ ਸੀ ਜਿਹੜੀਆਂ 100-100 ਸਾਲ 200-200 ਸਾਲ ਪੁਰਾਣੀਆਂ 300-300 ਸਾਲ ਪੁਰਾਣੀਆਂ ਬਿਲਡਿੰਗਾਂ ਖੜੀਆਂ ਨੇ ਉਹਨਾਂ ਨੂੰ ਅੱਜ ਵੀ ਯੂਜ਼ ਕਰ ਰਹੇ ਨੇ ਜਾਣੀ ਕਿ ਜੇ ਤੁਸੀਂ ਹਿਸਾਬ ਲਾ ਲਓ ਜੇ ਮੇਰੇ ਦਾਦੇ ਦਾ ਘਰ ਇਸ ਤਰ੍ਹਾਂ ਬਣਿਆ ਹੁੰਦਾ ਮੈਨੂੰ ਅੱਜ 1 ਕਰੋੜ ਰੁਪਇਆ ਪੰਜਾਬ ਪਿੰਡ ਦੇ ਵਿੱਚ ਲਾਉਣ ਦੀ ਲੋੜ ਨਹੀਂ ਸੀ ਬਿਲਕੁਲ ਮੇਰਾ ਉਹ ਸੇਵਿੰਗ ਹੁੰਦੀ ਉਹ ਮੇਰੀ ਸੇਵਿੰਗ ਹੁੰਦੀ ਤੇ ਮੈਂ ਉਸ ਨੂੰ ਗਾਹਾਂ ਡਿਵੈਲਪਮੈਂਟ ਵਾਸਤੇ ਜਾਂ ਮੈਨੂੰ ਮੇਰੇ ਮੈਂ ਆਪਦੇ ਵਾਸਤੇ ਲਾਉਂਦਾ ਆਹ ਸਾਡਾ ਇੰਨਾ ਇੰਨੇ ਪੈਸੇ ਸਾਡੀ ਐਨਰਜੀ ਖਰਾਬ ਹੋ ਰਹੀ ਆ ਇਸ ਤਰ੍ਹਾਂ ਬਿਕੋਜ਼ ਇਟਸ ਰੋਂਗ ਕੰਸਟਰਕਸ਼ਨ ਜਿਹੜੀ ਆ ਰੋਂਗ ਹੈ ਇਨਫਰਾਸਟ੍ਰਕਚਰ ਰੋਂਗ ਬਣ ਰਿਹਾ ਉਹ ਬਣ ਤਾਂ ਰਿਹਾ ਵਾ ਕਿਉਂ ਸਾਡੇ ਸਾਡਿਆਂ ਨੂੰ ਤੇ ਲੀਡਰ ਨੇ ਜਾਂ ਉਹਨਾਂ ਦਾ ਕੋਈ ਰੂਲ ਹੀ ਨਹੀਂ ਬਣਾਏ ਹੈਗੇ ਉਹ ਉਹ ਗਵਰਨਮੈਂਟ ਨੇ ਦੱਸਣੇ ਆ ਨਾ ਇਹੋ ਜਿਹੀ ਚੀਜ਼ਾਂ ਮੈਂ ਅੱਜ ਛੱਡ ਤੁਰਿਆ ਆਉਂਦਾ ਮੈਂ ਬਿਲਡਿੰਗਾਂ ਦੇਖ ਰਿਹਾ ਸੀ ਮੈਂ ਕਿਹਾ ਦੇਖੋ ਇਹ ਲੋਕਾਂ ਨੇ 200-200 ਸਾਲ 300-300 ਸਾਲ 400-400 ਸਾਲ ਪੁਰਾਣੀਆਂ ਬਿਲਡਿੰਗਾਂ ਨੂੰ ਹੁਣ ਵੀ ਸਾਂਭ ਕੇ ਹੁਣ ਵੀ ਵਰਤ ਰਹੇ ਨੇ ਬੇਸ਼ੱਕ ਉਹਨਾਂ ਟਾਈਮਾਂ ਦੇ ਵਿੱਚ ਹੋਰ ਕਿਸੇ ਚੀਜ਼ ਵਾਸਤੇ ਵਰਤਦੇ ਸੀ ਪਰ ਉਹ ਬਿਲਡਿੰਗ ਤਾਂ ਖੜੀ ਆ ਉਹਦੇ ਅੰਦਰ ਇਹਨਾਂ ਨੇ ਉਸ ਹਿਸਾਬ ਦੇ ਨਾਲ ਨਵੇਂ ਉਹਨਾਂ ਨੂੰ ਬਣਾ ਕੇ ਵਰਤ ਰਹੇ ਨੇ ਸਾਡੇ ਤਾਂ ਇਹ ਨੀ ਅਸੀਂ ਤਾਂ ਆਪ ਘਰ ਬਣਾਇਆ ਤਾਂ ਮੁੰਡੇ ਨੇ ਢਾ ਦਿੱਤਾ ਸਾਡੇ ਪਿਓ ਨੇ ਘਰ ਬਣਾਇਆ ਸੀ ਅਸੀਂ ਢਾ ਦਿੱਤਾ ਉਹਨੇ ਆਪਦੇ ਪਿਓ ਦਾ ਘਰ ਬਣਾਇਆ ਢਾ ਦਿੱਤਾ ਉਹਦੇ ਬਾਹਾਂ ਦਾਦੇ ਨੇ ਆਪਦੇ ਜਾਣੀ ਕਿ ਘਰ ਬਣਾਉਣ ਦੇ ਨਾਲ ਹੀ ਢਾ ਦਿੰਦੇ ਹਾਂ 50 ਸਾਲਾਂ ਬਾਅਦ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਕੋਠੀਆਂ ਦੇ ਡਿਜ਼ਾਈਨ ਵੀ ਨਹੀਂ ਹੁੰਦੇ ਚਾਰ ਜਨਰੇਸ਼ਨਾਂ ਤੋਂ ਪੈਸੇ ਖਰਾਬ ਕਰ ਰਹੇ ਆ ਸਾਡੇ ਪਿਤਾ ਜੀ ਨੇ ਉਹਨਾਂ ਟਾਈਮਾਂ ਦੇ 1940-50 ਦੇ ਵਿੱਚ ਘਰ ਪਾਇਆ ਸੀ ਬਹੁਤ ਵਧੀਆ ਘਰ ਸੀ ਪਰ ਜੇ ਉਸ ਘਰ ਦੇ ਆਲੇ ਦੁਆਲੇ ਉਹੋ ਜਿਹੀਆਂ ਸਹੂਲਤਾਂ ਰਹਿੰਦੀਆਂ ਤੇ ਸਾਨੂੰ ਘਰ ਉਹ ਹਟਾਉਣ ਦੀ ਲੋੜ ਹੀ ਨਹੀਂ ਸੀ ਕਿਉਂ ਸਾਡਾ ਘਰ ਨੀਵਾਂ ਹੋ ਗਿਆ ਸੜਕਾਂ ਬਾਹਰ ਉੱਚੀਆਂ ਹੋ ਗਈਆਂ ਤੇ ਪਾਣੀ ਆਉਣ ਲੱਗ ਗਏ ਪਾਣੀ ਦਾ ਕੋਈ ਨਿਕਾਸ ਨਹੀਂ ਸੀ ਤੇ ਸਾਨੂੰ ਉਹ ਘਰ ਸਾਡਾ ਵਿਦਾਈ ਦਾ ਢਾਉਣਾ ਪੈ ਗਿਆ ਇਨਫਰਾਸਟ੍ਰਕਚਰ ਨਹੀਂ ਸੀ ਇਸ ਕਰਕੇ ਸਾਨੂੰ ਹੋਰ ਪੈਸੇ ਲਾਉਣੇ ਪੈ ਗਏ ਇੱਕ ਤਾਂ ਸਾਡਾ ਪਿਤਾ ਜੀ ਨੇ ਜਦੋਂ ਉਹਨਾਂ ਟਾਈਮਾਂ ਦੇ ਚਲੋ ਜੋ ਵੀ 10-20 ਹਜ਼ਾਰ ਰੁਪਇਆ ਲਾਇਆ ਹੋਣਾ ਉਹ ਲਾਇਆ ਤੇ ਫਿਰ ਸਾਨੂੰ ਮਹਿੰਗਾਈ ਦੇ ਹਿਸਾਬ ਨਾਲ ਸਾਨੂੰ ਫਿਰ ਸਾਨੂੰ ਪੈਸੇ ਲਾਉਣੇ ਪੈ ਗਏ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਅਸੀਂ ਪਿੰਡਾਂ ਨੂੰ ਅਸੀਂ ਇਹਨਾਂ ਬਿਲਡਿੰਗਾਂ ਨੂੰ ਅਸੀਂ ਇਨਫਰਾਸਟ੍ਰਕਚਰ ਕਿਉਂਕਿ ਜਿਹੜੇ ਮੰਤਰੀ ਤੁਸੀਂ ਚੁਣਦੇ ਹੋ ਐਜੂਕੇਸ਼ਨ ਮਿਨਿਸਟਰ ਦਾ ਤੁਸੀਂ ਚੁਣ ਲੈਂਦੇ ਹੋ ਅਨਪੜ੍ਹ ਉਹ ਜਿਹੜਾ ਪਿੱਛੇ ਕਾਂਗਰਸ ਦਾ ਮਿਨਿਸਟਰ ਸੀ ਉਹ ਸਾਰੇ ਪੈਸੇ ਖਾ ਗਿਆ ਗਰੀਬਾਂ ਦੇ ਲੋਕਾਂ ਦੇ ਕੀ ਸੀ ਉਹਦਾ ਨਾਂ ਐਨੀਵੇ ਉਹ ਖਾ ਗਿਆ ਸਾਰੇ ਪੈਸੇ ਖਾ ਗਿਆ ਉਹਨੂੰ ਕਿਸੇ ਦੇ ਤੱਕ ਕੀ ਆ ਇਹ ਲੋਕੀ ਉਹਨੂੰ ਇਸ ਤਰ੍ਹਾਂ ਗੁੰਮਰਾਹ ਕਰ ਰਹੇ ਨੇ ਤੁਹਾਡਾ ਪੈਸਾ ਵੇਸਟ ਕਰ ਰਹੇ ਨੇ ਤੁਹਾਡਾ ਟਾਈਮ ਵੇਸਟ ਕਰ ਰਹੇ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਵੇਸਟ ਕਰ ਖਰਾਬ ਕਰ ਰਹੇ ਨੇ ਤੇ ਅੱਜ ਮੈਂ ਇੱਕ ਇੱਕ ਇੰਟਰਵਿਊ ਤੇ ਸੁਣ ਰਿਹਾ ਸੀ ਬੀਬੀ ਜੰਗੀਰੋ ਕਹਿ ਰਹੀ ਆ ਉਹਨੂੰ ਕਹਿੰਦੀ ਆਮ ਆਦਮੀ ਪਾਰਟੀ ਨੇ ਸੀਐਮ ਦਾ ਚਿਹਰਾ ਦਿੱਤਾ ਝੰਡਾ ਅਮਲੀ ਉਹ ਦੇਖੋ ਸਾਡੀ ਸਿੱਖ ਸੰਸਥਾ ਦੀ ਕਿੱਡੀ ਵੱਡੀ ਉਹ ਇੱਕ ਜ਼ਿੰਮੇਵਾਰ ਲੇਡੀ ਆ ਮੈਂ ਰਿਸਪੈਕਟ ਕਰਦਾ ਵੇਖੋ ਕੋਈ ਵੀ ਆ ਜੇ ਸਾਡੇ ਸਾਡੇ ਪਿੰਡ ਦਾ ਗ੍ਰੰਥੀ ਹੋਵੇ ਉਹਨੂੰ ਅਸੀਂ ਨਮਸਕਾਰ ਕਰਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਗ੍ਰੰਥੀ ਨੂੰ ਅਸੀਂ ਲੰਘਦੇ ਹਾਂ ਜੇ ਸਾਡੇ ਪਿੰਡ ਦੇ ਗੁਰਦੁਆਰੇ ਦਾ ਵੀ ਗ੍ਰੰਥੀ
ਕੋਲ ਦੀ ਲੰਘੇ ਤਾਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਨਮਸਕਾਰ ਕਰਕੇ ਲੰਘੀ ਦਾ ਕਿਉਂਕਿ ਉਹਨੂੰ ਇੱਜ਼ਤ ਕਰੀਦੀ ਆ ਕਿਉਂਕਿ ਸਾਡੇ ਪਿੰਡ ਦਾ ਗ੍ਰੰਥੀ ਆ ਤੇ ਬੀਬੀ ਜੰਗੀਰ ਕੌਰ ਤਾਂ ਐਡੀ ਵੱਡੀ ਸੰਸਥਾ ਦੇ ਲੀਡਰ ਨੇ ਉਹ ਰਹੇ ਵੀ ਨੇ ਬੰਦੇ ਦੀ ਰਿਸਪੈਕਟ ਤੇ ਉਹਦੀ ਜ਼ੁਬਾਨ ਤੋਂ ਇਹੋ ਜਿਹੀ ਗੱਲ ਨਿਕਲਣੀ ਨਹੀਂ ਚਾਹੀਦੀ ਕਿ ਉਹ ਝੰਡਾ ਅਮਲੀ ਕਹਿ ਰਹੀ ਆ ਇੱਕ ਜਿਹੜਾ ਕਿ ਚੱਕੋ ਆਪੋਜੀਸ਼ਨ ਪਾਰਟੀ ਦਾ ਉਹ ਇੱਕ ਐਮ ਪੀ ਚੁਣ ਕੇ ਦੋ ਵਾਰ ਉਹ ਪੰਜਾਬ ਤੋਂ ਗਿਆ ਹੋਇਆ ਲੋਕ ਸਭਾ ਚ ਗਿਆ ਹੋਇਆ ਪਰ ਅੱਜ ਉਹ ਡੀ ਐਮ ਦਾ ਚਿਹਰਾ ਵਾ ਆਪੋਜੀਸ਼ਨ ਪਾਰਟੀ ਦਾ ਉਹਦੀ ਕੋਈ ਲਿਆਕਤ ਆ ਬਿਲਕੁਲ ਲੋਕੀ ਉਹਦਾ ਸਨਮਾਨ ਕਰਦੇ ਨੇ ਇਹੋ ਜਿਹੇ ਤੁਸੀਂ ਲੀਡਰ ਤੁਸੀਂ ਚੁਣਦੇ ਹੋ ਜਿਨ੍ਹਾਂ ਨੂੰ ਪਬਲਿਕ ਵਿੱਚ ਬੋਲਣ ਦਾ ਵੀ ਪਤਾ ਨਹੀਂ ਹੈਗਾ ਮੇਰੇ ਵਰਗਾ ਇਨਸਾਨ ਤਾਂ ਬੋਲੇ ਜਿਹਨੂੰ ਇਹੋ ਵੱਡੀ ਕੋਈ ਅਹੁਦੇ ਤੇ ਨਹੀਂ ਹੈਗਾ ਇਸ ਕਰਕੇ ਤੁਸੀਂ ਭਾਈ ਅੱਜ ਜੇ ਇਹਨਾਂ ਲੋਕਾਂ ਨੂੰ ਇਹਨਾਂ ਦਾ ਘਮੰਡ ਕੱਢ ਦੇਵੋ ਵੋਟ ਪਾ ਕੇ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਤੁਸੀਂ ਜੇ ਚਾਂਸ ਦੇ ਦਿਓ ਪੰਜਾਬ ਵਾਲਿਓ ਤੁਸੀਂ ਆਪਦਾ ਪੰਜਾਬ ਦਾ ਬੱਚਿਆਂ ਦਾ ਆਪਦਾ ਭਵਿੱਖ ਪੰਜਾਬ ਨੂੰ ਪੰਜਾਬੀਅਤ ਤੇ ਪੰਜਾਬ ਨੂੰ ਇੱਕ ਚੰਗਾ ਗਵਰਨਮੈਂਟ ਮਿਲ ਸਕਦੀ ਆ ਇੱਕ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਲੀਡਰ ਮਿਲ ਸਕਦੇ ਨੇ ਜਿਹੜੇ ਕਿ ਪੋਲਿਊਸ਼ਨ ਦਾ ਵੀ ਖਿਆਲ ਰੱਖਣਗੇ ਤੁਹਾਡੇ ਬੱਚਿਆਂ ਦਾ ਵੀ ਖਿਆਲ ਰੱਖਣਗੇ ਤੁਹਾਡੀ ਹੈਲਥ ਦਾ ਵੀ ਖਿਆਲ ਰੱਖਣਗੇ ਜਿਨ੍ਹਾਂ ਦਾ ਟਰੈਕ ਰੈਕੋਰਡ ਦਿੱਲੀ ਤੋਂ ਸ਼ੁਰੂ ਹੋ ਰਿਹਾ ਉਸ ਪਾਰਟੀ ਦਾ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਦੋ ਵਾਰ ਕਰਕੇ ਦਿਖਾਤਾ ਤੇ ਉੱਥੇ ਆਪੋਜੀਸ਼ਨ ਪਾਰਟੀ ਕਾਂਗਰਸ ਦਾ ਉੱਥੇ ਜ਼ੀਰੋ 100% ਤੋਂ ਜ਼ੀਰੋ ਤੇ ਲਿਆ ਦਿੱਤਾ ਅਸੀਂ ਨਹੀਂ ਲਿਆ ਸਕਦੇ ਮੈਂ ਇਹੀ ਇਹਨਾਂ ਹੀ ਦੱਸਣਾ ਚਾਹੁੰਦਾ ਕਿ ਭਾਈ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਗਰੀਬਾਂ ਦੇ ਘਰ ਕਾਂਗਰਸੀਆਂ ਨੇ ਤਾਂ ਗਰੀਬ ਚਿਹਰਾ ਸੀਐਮ ਮੂਹਰਾ ਨਾਂ ਦੇ ਦਿੱਤਾ ਤੇ ਉਸ ਗਰੀਬ ਚਿਹਰਾ ਸੀਐਮ ਦੇ ਕੋਲ 200 ਕਰੋੜ ਦੀ ਜਾਇਦਾਦ ਆ ਉਹ 200 ਕਰੋੜ ਦੀ ਜਾਇਦਾਦ ਕਿੱਥੋਂ ਆਈ ਆ 5 ਸਾਲਾਂ ਦੇ ਵਿੱਚ ਉਹ ਕਾਊਂਟੇਬਲ ਹੋਣਾ ਚਾਹੀਦਾ ਤੇ ਉਹਦੇ ਰਿਸ਼ਤੇਦਾਰ ਕੋਲੋਂ 11-10-11 ਕਰੋੜ ਰੁਪਇਆ ਕੈਸ਼ ਨਿਕਲਿਆ ਉਹਨੂੰ ਅਸਤੀਫਾ ਦੇਣਾ ਚਾਹੀਦਾ ਇਹੋ ਜੇ ਤੁਸੀਂ ਲੀਡਰਾਂ ਨੂੰ ਵੋਟਾਂ ਪਾਏਗੋ ਤਾਂ ਫਿਰ ਤੁਹਾਡਾ ਇਹੀ ਹੋਣਾ ਤੁਹਾਨੂੰ ਫਿਰ ਤੁਹਾਨੂੰ ਨਾਲ ਹੀ ਸੜਕਾਂ ਦੇ ਉੱਤੇ ਨਾਲੀਆਂ ਦੇ ਉੱਤੇ ਹੀ ਤੁਹਾਨੂੰ ਰੱਖੀ ਰੱਖਣਾ ਇਹਨਾਂ ਨੇ ਮਾਝੂ ਦੇ ਵਿੱਚ ਲੜਾ ਕੇ ਤੁਹਾਤੋਂ ਵੋਟਾਂ ਲੈ ਕੇ ਇਸ ਮਹੀਨੇ 5 ਦਿਨ ਤੁਹਾਡੇ ਰਹਿੰਦੇ ਨੇ ਹੋਰ ਤੁਹਾਡੀਆਂ ਮਿਹਨਤਾਂ ਕਰਕੇ ਫਿਰ ਤੁਹਾਡੇ ਤੇ ਇਹਨਾਂ ਨੇ ਅਗਲੇ 5 ਸਾਲ ਤੁਹਾਡੇ ਤੇ ਉਹ ਕੁਛ ਹੋਣਾ ਜਿਹੜਾ ਮੈਂ ਤੁਹਾਨੂੰ ਅੱਗੇ ਕਈਆਂ ਵਾਰੀ ਤੁਹਾਨੂੰ ਮੈਂ ਆਪਦੇ ਛੋਟੀਆਂ ਜਿਹੀਆਂ ਪੋਇਮਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕੀ ਕੁਛ ਹੋ ਰਿਹਾ ਉੱਥੇ ਸਾਨੂੰ ਸਾਡਾ ਪੰਜਾਬ ਉਹ ਚਾਹੀਦਾ ਜਿਹੜਾ ਕਿ ਇਮਾਨਦਾਰ ਅਸੀਂ ਇਮਾਨਦਾਰ ਲੋਕੀ ਹਾਂ ਸਾਡੇ ਪੰਜਾਬੀ ਬੜੇ ਮੈਂ ਜਦੋਂ ਪੰਜਾਬੀ ਦੀ ਗੱਲ ਕਰਦਾ ਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਪੱਗਾਂ ਵਾਲੇ ਨੇ ਇਕੱਲੇ ਉਹਦੇ 'ਚ ਹਿੰਦੂ ਵੀ ਆਉਂਦੇ ਨੇ ਉਹਦੇ 'ਚ ਮੁਸਲਮਾਨ ਵੀ ਆਉਂਦੇ ਨੇ ਉਹਦੇ 'ਚ ਕ੍ਰਿਸਚਨ ਵੀ ਆਉਂਦੇ ਨੇ ਪੰਜਾਬ ਦੇ ਲੋਕੀ ਨੇ ਤੇ ਇਸ ਚੀਜ਼ ਨੂੰ ਤੁਸੀਂ ਅਸੀਂ ਬੜੇ ਹਾਰਡ ਵਰਕਿੰਗ ਪੰਜਾਬੀ ਹਾਂ ਬਾਹਰ ਸਾਡੇ ਪੰਜਾਬੀਆਂ ਦਾ ਪਤਾ ਉਦੋਂ ਹੀ ਲੱਗ ਜਾਂਦਾ ਸ਼ੱਕ ਉਹ ਕਿਸੇ ਵੀ ਭੇਸ ਦੇ ਵਿੱਚ ਹੋਵੇ ਸ਼ੱਕ ਮੇਰੇ ਮੂੰਹ ਵਾਲ ਕੱਟੇ ਹੋਣ ਚਲੋ ਦਾੜੀ ਵਾਲ ਗੁਰਸਿੱਖ ਦੇ ਕੱਪੜੇ ਦੂਰੋਂ ਪਤਾ ਲੱਗ ਜਾਂਦਾ ਪੰਜਾਬੀ ਬਾਹਰ ਬਹੁਤ ਸਕਸੈਸਫੁਲ ਇੱਕ ਕੌਮ ਹੋਈ ਹੈਗੀ ਆ ਜਿਨ੍ਹਾਂ ਨੇ ਕਿ ਪੰਜਾਬ ਦੇ ਵਿੱਚ ਨਹੀਂ ਕੈਨੇਡਾ ਅਮੈਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਅੱਜ ਦੇ ਨਹੀਂ 200 ਸਾਲ ਤੋਂ 150 ਸਾਲ ਤੋਂ ਉੱਥੇ ਜਾ ਕੇ ਬੜੇ ਵੱਡੇ ਝੰਡੇ ਪੋਲੀਟਿਕਸ ਦੇ ਵਿੱਚ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਥੋੜ੍ਹੇ ਜਿਹੇ ਅੰਸ਼ ਪਿੱਛੇ ਚਲੇ ਗਿਆ ਕੈਨੇਡਾ ਦੇ ਵਿੱਚ ਜਿਹੜੇ ਉਹਨਾਂ ਦੀ ਆਦਤਾਂ ਇੰਡੀਆ ਵਾਲੀਆਂ ਨੇ ਪਰ ਫਿਰ ਵੀ ਪੰਜਾਬੀਆਂ ਨੇ ਬਹੁਤ ਵੱਡਾ ਨਾਂ ਕੀਤਾ ਹੋਇਆ ਸਾਡਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਵੱਲੋਂ ਇਹੀ ਆ ਕਿ ਪਲੀਜ਼ ਮੈਂ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਮੈਂ ਜਾ ਰਿਹਾ ਆਪਣੇ ਇੰਨੇ ਬਿਜ਼ੀ ਵਕਤ ਦੇ ਵਿੱਚੋਂ ਵੀ
ਸਾਨੂੰ ਟਾਈਮ ਦਿੱਤਾ ਕਿਉਂਕਿ ਸਾਨੂੰ ਅੱਜ ਲੱਗਦਾ ਨਹੀਂ ਸੀਗਾ ਕਿ ਤੁਸੀਂ ਟਾਈਮ ਦੇ ਪਾਵੋਗੇ ਤੇ ਅਸੀਂ ਸੋਚਦੇ ਸੀ ਕਿ ਅਸੀਂ ਹੋਵਾਂਗੇ ਸੋ ਥੈਂਕ ਯੂ ਸੋ ਮੱਚ ਸੋ ਦੋਸਤੋ ਤੁਸੀਂ ਜਿਸ ਤਰ੍ਹਾਂ ਹੁਣ ਗੱਲਬਾਤ ਸੁਣੀ ਹੈ ਗਰੇਵਾਲ ਸਾਹਿਬ ਦੀ ਔਰ ਬੱਲੇ 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 ਲਓ ਜੀ ਹਾਜ਼ਰ ਨੇ ਸਾਡੇ ਦੀਪ ਸੰਧੂ ਜੀ ਜਿਸ ਤਰ੍ਹਾਂ ਕਿ ਮੈਂ ਪੋਸਟ ਵਿੱਚ ਪਹਿਲਾਂ ਦੱਸ ਚੁੱਕੀ ਹਾਂ ਦੀਪ ਸੰਧੂ ਜੀ ਆ ਜਾਓ ਸਾਹਮਣੇ ਗਰੇਵਾਲ ਸਾਹਿਬ ਦੀ ਜਗ੍ਹਾ ਤੇ ਮੈਂ ਮੈਨੂੰ 2 ਮਿੰਟ ਦਿਓ 2 ਮਿੰਟ ਦਿਓ ਬਸ ਮੈਂ ਆ ਰਹੀ ਹਾਂ ਅੰਨੇ ਨੂੰ ਤੁਸੀਂ ਅੰਨੇ ਨੂੰ ਆਪਾਂ ਸਾਰਿਆਂ ਨੂੰ ਉਹਨਾਂ ਦੀ ਬਣਾਈ ਵੀਡੀਓ ਦਿਖਾਉਂਦੇ ਹਾਂ ਜੀ ਠੀਕ ਹੈ ਬਸ 5 ਮਿੰਟ ਅਸੀਂ ਵੇਟ ਕਰ ਇੰਤਜ਼ਾਰ ਕਰਦੇ ਹਾਂ ਤੁਹਾਡਾ ਠੀਕ ਹੈ ਸੋ ਦੋਸਤੋ ਆਪਾਂ ਗੱਲ ਕਰ ਰਹੇ ਸੀਗੇ ਗਰੇਵਾਲ ਸਾਹਿਬ ਦੀ ਪਹਿਲੀ ਗੱਲ ਤਾਂ ਅਸੀਂ ਵਾਕਈ ਉਹਨਾਂ ਦੇ ਧੰਨਵਾਦੀ ਹਾਂ ਜਿਹੜਾ ਕਿ ਉਹਨਾਂ ਨੇ ਆਪਣੇ ਇੰਨੇ ਬਿਜ਼ੀ ਵਕਤ ਦੇ ਵਿੱਚੋਂ ਵੀ ਉਹਨਾਂ ਦੀ ਫਲਾਈਟ ਦਾ ਟਾਈਮ ਹੋ ਰਿਹਾ ਪਰ ਫਿਰ ਵੀ 에ਅਰਪੋਰਟ ਤੋਂ ਬੈਠੇ ਹੋਏ ਉਹ ਸਾਡੇ ਨਾਲ ਚਾਹੇ ਉਹ 20 ਮਿੰਟ ਦੇ ਕੇ ਗਏ ਨੇ 25 ਮਿੰਟ ਦੇ ਕੇ ਗਏ ਨੇ ਪਰ ਉਹਨਾਂ ਨੇ ਟਾਈਮ ਦਿੱਤਾ ਜਦੋਂ ਕਿ ਸਾਨੂੰ ਅੱਜ ਉਮੀਦ ਨਹੀਂ ਸੀਗੀ ਤੇ ਅਸੀਂ ਸੋਚ ਰਹੇ ਸੀ ਕਿ ਮੈਂ ਔਰ ਦੀਪ ਜੀ ਹੀ ਆਵਾਂਗੇ ਪਰ ਰੀਅਲੀ ਇਹ ਸ਼ਾਇਦ ਮੇਰਾ ਖਿਆਲ ਆ ਪੰਜਾਬ ਦੇ ਨਾਲ ਜਿਹੜੀ ਲਗਨ ਹੈ ਉਹਨਾਂ ਦੀ ਜਿਹੜਾ ਪਿਆਰ ਹੈ ਪੰਜਾਬ ਦੇ ਨਾਲ ਉਹਨਾਂ ਦਾ ਸ਼ਾਇਦ ਉਹ ਹੀ ਹੈ ਜਿਹੜਾ ਉਹਨਾਂ ਨੂੰ ਬਾਰ ਬਾਰ ਮਜਬੂਰ ਕਰਦਾ ਹੈ ਮੈਸੇਜਸ ਦੇਣ ਵਾਸਤੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਤਾਕੀਦ ਕਰਨ ਵਾਸਤੇ ਇਹ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਸਾਨੂੰ ਲੱਗਦਾ ਕਿ ਉਹ ਹੀ ਉਹਨਾਂ ਨੂੰ ਮਜਬੂਰ ਕਰਦਾ ਸੋ ਦੋਸਤੋ ਬੜੀ ਜਲਦੀ ਦੇ ਵਿੱਚ ਭਾਵੇਂ ਉਹਨਾਂ ਨੇ ਕੁਝ ਗੱਲਾਂ ਕਰੀਆਂ ਪਰ ਬੜੀਆਂ ਪਾਏਦਾਰ ਗੱਲਾਂ ਕੀਤੀਆਂ ਨੇ ਬਹੁਤ ਆਲਾ ਗੱਲਾਂ ਕੀਤੀਆਂ ਨੇ ਉਹਨਾਂ ਨੇ ਜਿੱਦਾਂ ਕਿ ਉਹਨਾਂ ਨੇ ਨਾਮ ਲੈ ਕੇ ਗੱਲ ਕੀਤੀ ਇੱਕ ਬੜੇ ਜ਼ਿੰਮੇਵਾਰ ਅਹੁਦੇ ਤੇ ਬਿਰਾਜਮਾਨ ਸਾਡੇ ਜਗੀਰ ਕੌਰ ਜੀ ਜਿਹੜੇ ਬੈਠੇ ਹੋਏ ਨੇ ਔਰ ਕਿਹੜੇ ਅਹੁਦੇ ਤੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੋਰੀ ਜਿਹੜਾ ਕਿ ਸਾਡਾ ਸ਼੍ਰੋਮਣੀ ਸਾਡੀ ਜਿਹੜੀ ਐਡੀ ਵੱਡੀ ਸੰਸਥਾ ਹੈਗੀ ਆ ਐਡੇ ਵੱਡੇ ਅਹੁਦੇ ਤੇ ਬੈਠ ਕੇ ਐਡੇ ਵੱਡੀ ਕੁਰਸੀ ਤੇ ਬੈਠ ਕੇ ਵਾਕਈ ਇੰਨੇ ਛੋਟੇ ਲਫ਼ਜ਼ ਕਿਸੇ ਦੇ ਲਈ ਵਰਤਣੇ ਅਸੀਂ ਕਿਸੇ ਦੀ ਸਪੋਰਟ ਵਿੱਚ ਨਹੀਂ ਹੈਗੇ ਰੰਗ ਐਫ ਐਮ ਕਿਸੇ ਇੱਕ ਦੀ ਸਪੋਰਟ ਵਿੱਚ ਨਹੀਂ ਹੈਗਾ ਰੰਗ ਐਫ ਐਮ ਤੁਹਾਡੇ ਤੱਕ ਸਿਰਫ ਇਹ ਮੈਸੇਜ ਪਹੁੰਚਾਉਣਾ ਚਾਹੁੰਦਾ ਕਿ ਬੰਦੇ ਦੀ ਪਹਿਚਾਣ ਕਰੋ ਨਵੇਂ ਬੰਦਿਆਂ ਨੂੰ ਮੌਕਾ ਦਿਓ ਬਾਰ 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 ਉਹਨਾਂ ਤੋਂ ਛਿੱਤਰ ਨਾ ਖਾਈਏ ਜਿਨ੍ਹਾਂ ਤੋਂ ਆਪਾਂ ਇੰਨੇ ਸਾਲਾਂ ਦੇ ਖਾਂਦੇ ਆ ਰਹੇ ਹਾਂ 70 ਸਾਲਾਂ ਦੇ ਸਾਡਾ ਮਕਸਦ ਰੰਗ ਐਫ ਐਮ ਦਾ ਮਕਸਦ ਸਿਰਫ ਇਹੀ ਹੈਗਾ ਲੇਕਿਨ ਅਸੀਂ ਇੰਨੇ ਵੱਡੇ ਵੱਡੇ ਅਹੁਦਿਆਂ ਤੇ ਬੈਠ ਕੇ ਉਹ ਸ਼ਬਦਾਂ ਦਾ ਇਸਤੇਮਾਲ ਕਰ ਲੈਂਦੇ ਹਾਂ ਜਿਹੜੇ ਸ਼ਬਦ ਸਾਡੇ ਕਿਰਦਾਰ ਨੂੰ ਬਿਲਕੁਲ ਨੀਚਾ ਗਿਰਾ ਦਿੰਦੇ ਨੇ ਉਹ ਸ਼ਬਦ ਜਿਹੜੇ ਕਿ ਸਾਡੀ ਅੰਦਰ ਦੀ ਸੱਚਾਈ ਨੂੰ ਬਾਹਰ ਉਜਾਗਰ ਕਰ ਦਿੰਦੇ ਨੇ ਇੱਕ ਸ਼ਬਦ ਹੀ ਤਾਂ ਸਾਡੀ ਪਹਿਚਾਣ ਹੁੰਦੀ ਹੈ ਇੱਕ ਸ਼ਬਦ ਹੀ ਤਾਂ ਹਨ ਜਿਹੜੇ ਸਾਡੇ ਕਿਰਦਾਰ ਨੂੰ ਉੱਚਾ ਕਰਦੇ ਹਨ ਇੱਕ ਸ਼ਬਦ ਹੀ ਤਾਂ ਹਨ ਜਿਹੜੇ ਸਾਡੀ ਅਸਲੀਅਤ ਨੂੰ ਬਾਹਰ ਲੈ ਕੇ ਆਉਂਦੇ ਹਨ ਸੋ ਦੋਸਤੋ ਜਦੋਂ ਅਸੀਂ ਇਹਨਾਂ ਪਾਰਟੀਆਂ ਦੇ ਵਿੱਚ ਪੈ ਕੇ ਬੇਸ਼ੱਕ ਛੋਟੀਆਂ ਗੱਲਾਂ ਦੇ ਵਿੱਚ ਛੋਟੇ ਕੰਮਾਂ ਦੇ ਵਿੱਚ ਵੀ ਇਹੀ ਕੁਛ ਹੁੰਦਾ ਆਫਿਸਰਸ ਦੇ ਵਿੱਚ ਲੈ ਲਓ ਬਿਜ਼ਨਸ ਦੇ ਵਿੱਚ ਲੈ ਲਓ ਕਿਤੇ ਵੀ ਲੈ ਲਓ ਪਰ ਜਦੋਂ ਅਸੀਂ ਜ਼ਿੰਮੇਵਾਰ ਕੁਰਸੀਆਂ ਦੇ ਉੱਤੇ ਬੈਠ ਕੇ ਉਹ ਵੀ ਐਸੀਆਂ ਜ਼ਿੰਮੇਦਾਰ ਕੁਰਸੀਆਂ ਔਰ ਐਸੀ ਜਗ੍ਹਾ ਤੇ ਬੈਠ ਕੇ ਜਦੋਂ ਦੂਸਰਿਆਂ ਦੇ ਲਈ ਅਸੀਂ ਇਹੋ ਜਿਹੇ ਘਿਨੌਣੇ ਜਿਹੇ ਲਫ਼ਜ਼ ਵਰਤਦੇ ਹਾਂ ਜਾਂ ਅਸੀਂ ਇੱਕ ਦੂਜੇ ਦੀ ਪਰਸਨਲ ਲਾਈਫ ਤੇ ਅਟੈਕ ਕਰਦੇ ਹਾਂ ਜਾਂ ਅਸੀਂ ਉਹਨਾਂ ਦੇ ਪਰਸਨਲ ਮੈਟਰਸ ਕੱਢ ਕੇ ਬਾਹਰ ਲੈ ਕੇ ਆਉਂਦੇ ਹਾਂ ਇਹ ਸਾਡੀ ਤਰਾਸਦੀ ਹੈ ਕਿਉਂਕਿ ਸਾਡਾ ਮਕਸਦ ਉਹਨਾਂ ਦੇ ਪਰਸਨਲ ਪ੍ਰੋਬਲਮਸ ਦੇ ਨਾਲ ਨਹੀਂ ਹੈ ਸਾਡਾ ਮਕਸਦ ਉਹਨਾਂ ਦੇ ਪਰਸਨਲ ਮੁੱਦਿਆਂ ਦੇ ਨਾਲ ਨਹੀਂ ਹੈ ਸਾਡਾ ਮਕਸਦ ਉਹਨਾਂ ਦੇ ਘਰ ਵਿੱਚ ਖਿਚੜੀ ਪੱਕਦੀ ਆ ਉਹਨਾਂ ਦੇ ਘਰ ਵਿੱਚ ਖੀਰ ਪੱਕਦੀ ਆ ਉਹਨਾਂ ਦੇ ਘਰ ਵਿੱਚ ਕੀ ਪੱਕਦਾ ਇਹਨਾਂ ਗੱਲਾਂ ਨਾਲ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਸਿਰਫ ਤੇ ਸਿਰਫ ਇਹ ਹੈਗਾ ਕਿ ਉਹ ਸਾਡੇ ਲਈ ਕੀ ਕਰ ਰਹੇ ਉਹਨਾਂ ਦੇ ਵਿੱਚ ਕਿਤੇ ਵੀ ਤੁਸੀਂ ਇੰਨੀ ਪੋਲਿਟਿਕਸ ਗੰਦਲੀ ਹੋ ਚੁੱਕੀ ਆ ਇੰਨੀ ਗੰਦਲੀ ਹੋ ਚੁੱਕੀ ਆ ਕਿ ਸਾਡੇ ਲੋਕਾਂ ਦੇ ਅੰਦਰ ਇੰਨੀ ਜੈਲਸ ਆ ਚੁੱਕੀ ਆ ਇੰਨੀ ਈਰਸ਼ਾ ਆ ਚੁੱਕੀ ਆ ਇੰਨਾ ਹੰਕਾਰ ਆ ਚੁੱਕਿਆ ਹੈ ਕਿ ਅਸੀਂ ਕੀ ਕਰਦੇ ਹਾਂ ਜਦੋਂ ਕਿਸੇ ਨੂੰ ਨੀਚਾ ਦਿਖਾਉਣਾ ਤੇ ਅਸੀਂ ਉਹਦੇ ਪਰਸਨਲ ਮੈਟਰਸ ਰਾਈ ਦੇ ਪਹਾੜ ਬਣਾ ਬਣਾ ਕੇ ਅਸੀਂ ਲੋਕਾਂ ਦੇ ਵਿੱਚ ਉਹਨਾਂ ਦੀ ਪਬਲਿਸਿਟੀ ਕਰਦੇ ਹਾਂ ਇਹ ਹੀ ਸਾਡੇ ਕਿਰਦਾਰ ਨੂੰ ਸਾਡੇ ਮਿਆਰ ਨੂੰ ਗਰਾਉਂਦਾ ਹੈ ਦੋਸਤੋ ਸੋ ਰੰਗ ਐਫ ਐਮ ਦੀ ਔਰ ਸਾਡੀ ਟੀਮ ਦਾ ਜਿਹੜਾ ਅਸਲੀ ਮਕਸਦ ਹੁੰਦਾ ਉਹ ਮਕਸਦ ਜਗਾਉਣਾ ਹੁੰਦਾ ਹੈ ਪਹਿਚਾਣ ਅਸੀਂ ਪਹਿਚਾਣ ਕਰਨ ਲੱਗੀਏ ਅਸੀਂ ਇਹਨਾਂ ਲੋਕਾਂ ਨੂੰ ਜਾਣੀਏ ਕਿ ਇਹ ਕਿਹੜੇ ਰੂਪ ਦੇ ਵਿੱਚ ਕੌਣ ਸਾਡੇ ਸਾਹਮਣੇ ਆ ਰਹੇ ਨੇ ਦੋਸਤੋ ਗੱਲਾਂ ਬਹੁਤ ਹੁੰਦੀਆਂ ਨੇ ਕਰਨ ਵਾਲੀਆਂ ਵਕਤ ਬੜਾ ਘੱਟ ਹੁੰਦਾ ਬੇਸ਼ੱਕ ਤੁਸੀਂ ਸੋਚਦੇ ਹੋਵੋਗੇ ਕਿ ਉਹੀ ਗੱਲਾਂ ਬਾਰ ਬਾਰ ਉਹੀ ਗੱਲਾਂ ਬਾਰ ਬਾਰ ਲੇਕਿਨ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਬਚਪਨ ਦੇ ਵਿੱਚ ਜਦੋਂ ਆਪਾਂ ਸਕੂਲ ਜਾਂਦੇ ਸੀਗੇ ਤੇ ਸਕੂਲ ਕਲਾਸ ਦੇ ਵਿੱਚ ਜਦੋਂ ਕੋਈ ਬੱਚਾ ਇੱਕ ਲੈਸਨ ਨੂੰ ਯਾਦ ਨਹੀਂ ਕਰਕੇ ਆਉਂਦਾ ਸੀ ਤੇ ਟੀਚਰ ਉਹਨੂੰ ਬਾਰ 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 ਉਹ ਲੈਸਨ ਰਿਪੀਟ ਕਰਾਉਂਦਾ ਸੀ ਜਦੋਂ ਤੱਕ ਜਿਹੜੇ ਓਨੈਸਟ ਟੀਚਰ ਸੀਗੇ ਜਿਹੜੇ ਵਾਕਈ ਆਪਣੇ ਪ੍ਰੋਫੈਸ਼ਨ ਦੇ ਨਾਲ ਵਫਾ ਕਰਦੇ ਸੀਗੇ ਉਹ ਟੀਚਰ ਉਹ ਅਧਿਆਪਕ ਉਦੋਂ ਤੱਕ ਉਸ ਬੱਚੇ ਨੂੰ ਅੱਗੇ ਨਹੀਂ ਜਾਣ ਦਿੰਦੇ ਸੀ ਜਦੋਂ ਤੱਕ ਉਹ ਪਿੱਛੇ ਵਾਲਾ ਲੈਸਨ ਆਪਣਾ ਕਵਰ ਨਹੀਂ ਕਰ ਲੈਂਦਾ ਸੀਗਾ ਅੱਜ ਦੇ ਵਿਦਿਆ ਦੇ ਮਿਆਰ ਵਿੱਚ ਵੀ ਬਹੁਤ ਗਿਰਾਵਟ ਆ ਚੁੱਕੀ ਆ
और अज दे जिन्ने भी असी लईए हस्पताल नूं लै लईए सेहत दा अदारा लै लईए जिन्ने भी अदारे ने सारिआं दे विच हदों वध गिरावट आ चुकी है। इहदे विच कोई दो राय नहीं है दोस्तों, तुसीं खुद इन्हां चीज़ां नूं परेशान फेस करदे हो। तुहाडे विचों भी बहुत सारे अध्यापक होणगे, तुहाडे विचों भी बहुत सारे डॉक्टर होणगे, इंजीनियर होणगे, अलग अलग अहुदिआं ते होणगे, अलग अलग ऑफिसिज़ विच होणगे, अलग अलग अपनियां ड्यूटियां ते होणगे, बिजनेसमैन होणगे। तुसीं सारे ही इन्हां चीज़ां नूं भली भांति जाणदे हो, देखदे हो, लेकिन साडे लई इह त्रास दी है कि असी अपने आप नूं फिल्टर करन दी कोशिश नहीं करदे, असी अपने आप नूं पढ़न दी कोशिश नहीं करदे, असी अपने अंदरों उन्हां चीज़ां नूं बाहर कढ़न दी कोशिश नहीं करदे जिहड़ियां सानूं गिरावट वल लैके जांदियां ने। मैं नहीं कहती कि मेरे विच नहीं, मेरे विच भी बहुत कुछ ऐसा है, मेरे अंदर भी कमियां ने, मेरे अंदर भी वो चीजा होणगियां, जरूर होणगियां, लेकिन अगर असी एक एक चीज करके भी असी उन्हां चीजां नूं बाहर कढ़ना शुरू करिए तो शायद साडा किरदार बहुत उच्चा हो सकता है। मैं उन्हां लोकां नूं सैल्यूट करदी हाँ जिहड़े लोग अपनी गलती का एहसास करके उस गलती नूं सुधार के उस चीज नूं एक साइड ते रख के कुछ ऐसियां प्रॉब्लम्स नूं भुल के सामने आउंदे ने। रियली मैं कहनी हाँ कि वह किरदार वाकई बहुत उच्चे ने, बहुत सुचे ने, क्योंकि इंसान गलतियां का पुतला है। इंसान तो गलतियां होंदियां ने और होंदियां रहणियां ने, ये नहीं कि एक बार गलती होगी असी उसनू सुधार लिया तो मुड़ के साडे कोलों गलती नहीं होएगी, होर तरह दियां गलतियां हो जाणगियां, वह नहीं होणगियां, तो है ना। तो यह एक फितरत है इंसान की, यह होंदियां रहिंदियां ने साडे कोलों और होंदियां रहणियां ने। पर अगर असी अपनी ईगो नूं मिटा दीए, अगर अपने असी अहम नूं मिटा दीए, अगर असी फालतू दीआं जिद्दां आकड़ां नूं मिटा दीए और असी अपने अल्फाज ऐसे सुधार लीए जिहदे नाल दोस्त जिहड़े दुश्मन ने वह भी साडे दोस्त बन जाण। तो दोस्तों ये गल सुन के जिहड़ी गरेवाल साहब ने करी सी उसके उत्तों मैनू मैं रह नहीं सकी यह गल बोले बिना और कहिंदे रहांगे असी अजिहा कुछ। तो हुण असी तुहानूं दिखावांगे गरेवाल साहब ने जिहड़ियां उत्थों दीआं वीडियोज़ बनाईआं सीगीआं, जिहड़े उत्थों दे सानूं सारे नज़ारे उन्हां ने दिखाए सी, क्योंकि अज उह उत्थों वापस लंडन आ रहे ने ते उह अपना उत्थों दा जिहड़ा उन्हां दा टूर प्रोग्राम सीगा उह अज खत्म हो चुक्या हैगा ते उह वीडियोज़ असी तुहानूं दिखाउण जा रहे हां रूबरू हुंदे हां ਸਾਡੇ ਸਾਰਿਆਂ ਦੇ। ਸਭ ਤੋਂ ਪਹਿਲਾਂ ਰੰਗ ਐਫ ਐਮ ਜਿਹੜੀ ਟੀਮ ਹੈਗੀ ਆ ਉਹ ਗਰੇਵਾਲ ਸਾਹਿਬ ਦਾ ਵੈਲਕਮ ਕਰਦੀ ਹੈ, ਗ੍ਰੇਸ਼ੀਅਸ ਵੈਲਕਮ ਟੂਰ ਗੈਸਟ ਮਿਸਟਰ ਚਰਨਜੀਤ ਸਿੰਘ ਗਰੇਵਾਲ। ਫਿਰ ਦੀਪ ਸੰਧੂ ਜੀ ਗਰੇਵਾਲ ਸਾਹਿਬ ਦਾ ਸਵਾਗਤ ਕਰਦੇ ਨੇ। ਦੀਪ ਸੰਧੂ ਜੀ ਕਹਿ ਰਹੇ ਨੇ ਭੈਣ ਜੇ ਪਰ ਗਲੇਵਾਲ ਭੈਣ ਜੇ ਪੌਲ ਗਰੇਵਾਲ ਜੀ ਤੇ ਸਾਰੇ ਸਰੋਤਿਆਂ ਦਾ ਸਤਿਕਾਰ ਹੈ। ਥੈਂਕ ਯੂ ਦੀਪ ਜੀ, ਥੈਂਕ ਯੂ ਸੋ ਮਚ, ਤੁਸੀਂ ਐਡੀ ਹੌਸਲਾ ਅਫਜ਼ਾਈ ਕਰਦੇ ਹੋ ਸਾਡੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਰ ਸਾਡੇ ਜਿਹੜੇ ਆਰ ਜੇ ਰੰਗ ਟੀਮ ਹੈਗੀ ਆ ਮੋਸਟ ਵੈਲਕਮ ਸਰ। ਸਾਡੇ ਰਾਜ ਕਾਲਿਕਾ ਭੈਣ ਜੀ ਜਰਮਨ ਤੋਂ ਆਏ ਨੇ ਤੇ ਮੇਰਾ ਖਿਆਲ ਹੈ ਅੱਜ ਕੱਲ੍ਹ ਸ਼ਾਇਦ ਇਹ ਇੰਡੀਆ ਦੇ ਵਿੱਚ ਆਏ ਹੋਏ ਨੇ, ਅਸੀਂ ਇਹਨਾਂ ਨੂੰ ਇੰਡੀਆ ਵਿੱਚ ਆਉਣ ਤੇ ਵੀ ਜੀ ਆਇਆ ਆਖਦੇ ਹਾਂ ਤੇ ਸਾਡੇ ਰੰਗ ਐਫ ਐਮ ਦੇ ਉੱਤੇ ਆਉਣ ਤੇ ਵੀ ਜੀ ਆਇਆ ਆਖਦੇ ਹਾਂ। ਰਾਜ ਕਾਲਿਕਾ ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਕਹਿੰਦੇ ਨੇ ਬੜੇ ਸੋਹਣੇ ਵਿਚਾਰ ਨੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਕਿਉਂਕਿ ਤੁਸੀਂ ਇੰਡੀਆ ਆਏ ਹੋ, ਸਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਵਕਤ ਹੈ ਬੜਾ ਕੀਮਤੀ ਹੋਏਗਾ, ਪਰ ਉਸਦੇ ਬਾਵਜੂਦ ਵੀ ਤੁਸੀਂ ਆਪਣੇ ਰੰਗ ਐਫ ਐਮ ਨੂੰ ਨਹੀਂ ਛੱਡਦੇ, ਨਾ ਜਰਮਨ ਬੈਠੇ ਤੇ ਨਾ ਇੰਡੀਆ ਬੈਠੇ, ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਭੈਣ ਜੀ। ਅੱਗੇ ਦੀਪ ਸੰਧੂ ਜੀ ਕਹਿ ਰਹੇ ਨੇ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਦੀ ਜਾਣਕਾਰੀ ਜੀ ਦੀਪ ਸੰਧੂ ਜੀ। ਅੱਗੇ ਸਾਡੇ ਸੰਦੀਪ ਕੌਰ ਮੋਗਾ ਜੀ ਆਏ ਨੇ, ਸਾਡੇ ਇੰਸਟੈਂਟ ਰਾਈਟਰ, ਸਾਡੀ ਬਹੁਤ ਹੀ ਕਾਬਲ ਲਿਖਾਰੀ, ਉਹ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਾਜੇ। ਅੱਗੇ ਆਰ ਜੇ ਰੰਗ ਟੀਮ ਕਹਿ ਰਹੀ ਹੈ ਤੁਹਾਡੇ ਸ਼ੋਅ ਤੋਂ ਅਸੀਂ ਸਿੱਖ ਰਹੇ ਹਾਂ ਸਰ, ਪ੍ਰੈਕਟੀਕਲ ਬਣ ਰਹੇ ਹਾਂ ਜੀ, ਸ਼ੁਕਰੀਆ ਬਹੁਤ ਬਹੁਤ। ਸੰਦੀਪ ਕੌਰ ਮੋਗਾ ਜੀ ਕਹਿ ਰਹੇ ਨੇ ਬਹੁਤ ਸੱਚੀਆਂ ਗੱਲਾਂ, ਥੈਂਕ ਯੂ ਰਾਜੇ, ਥੈਂਕ ਯੂ ਵੈਰੀ ਮੱਚ। ਰਾਜ ਕਾਲਿਕਾ ਭੈਣ ਕਹਿ ਰਹੇ ਨੇ ਬਿਲਕੁਲ ਸਹੀ ਗੱਲਾਂ ਸਰ, ਥੈਂਕ ਯੂ ਰਾਜ, ਥੈਂਕ ਯੂ ਰਾਜ ਜੀ, ਥੈਂਕ ਯੂ ਵੈਰੀ ਮੱਚ। ਸਰ ਦੀ ਆਵਾਜ਼ ਡਬਲ ਹੋ ਕੇ ਆ ਰਹੀ ਹੈ, ਹਾਂਜੀ ਸੋਰੀ ਰਾਜ ਜੀ, ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਸਾਡੇ ਇੱਧਰ ਸਿਸਟਮ ਦੇ ਵਿੱਚ। ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਜਤਿੰਦਰ ਕੌਰ ਬਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਉਹ ਵੀ ਆਏ ਨੇ ਰੰਗ ਐਫ ਐਮ ਤੇ ਆਉਣ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਉਹ ਵੀ ਸਤਿਕਾਰ ਕਰ ਰਹੇ ਨੇ ਸਰ ਦਾ। ਤੇ ਰਾਜ ਕਾਲਿਕਾ ਜੀ ਕਹਿ ਰਹੇ ਨੇ ਸਾਰੇ ਪ੍ਰੋਗਰਾਮ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਦੋਸਤੋ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਆਈ ਹੈ ਜੀ, ਰਾਜ ਕਾਲਿਕਾ ਭੈਣ ਦੀ ਕਬੂਲ ਕਰੋ। ਤੇ ਅੱਗੇ ਆਏ ਨੇ ਸਾਡੇ ਡਾਕਟਰ ਜੀ, ਡਾਕਟਰ ਪਰਮਜੀਤ ਸਿੰਘ ਤੰਜੂ ਜੀ, ਕਹਿੰਦੇ ਬਿਲਕੁਲ ਸਹੀ ਕਿਹਾ ਗਰੇਵਾਲ ਸਾਹਿਬ ਜੀ ਨੇ ਜੀ, ਬਿਲਕੁਲ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਮੋਹਰ ਲਾ ਦਿੰਦੇ ਹੋ,
जी आया जी, तुसी भी अपना टाइम कढ के, क्योंकि तुहाडे मरीजां दा टाइम हुंदा है इह देखण दा, तुहाडे क्लीनिंग दा टाइम हुंदा है, पर सानूं बहुत खुशी है और माण है तुहाडे उत्ते कि तुसी ओह टाइम कढ के उत्थों विच फिर साडे रंग एफ एम दा इह प्रोग्राम देखदे हो। थैंक यू वेरी मच जी। अगे राजकालिका भैन कह रहे ने, सति श्री अकाल दी भैन जी, अगे कह रहे ने अज तां साडे गरेवाल भैन जी भी पूरे जोश च ने। राज भैन जी, असीं क्यों नहीं होवांगे जोश विच जदों तुहाडियां वर्गियां हस्तियां शख्सियतां ਸਾਡੇ ਹੌਸਲੇ ਵਧਾਉਂਦੀਆਂ ਨੇ ਤੇ ਜੋਸ਼ ਆਪਣੇ ਆਪ ਆਟੋਮੈਟਿਕਲੀ ਵੱਧ ਜਾਂਦਾ ਹੈ। ਹੋਰ ਜਿਉਂਦੇ ਵਸਦੇ ਰਹੋ। ਸਾਡੇ ਸੁਭਾਸ਼ ਪਾਰਸ ਗਜ਼ਲਗੋ ਬਹੁਤ ਹੀ ਪਿਆਰੇ ਤੇ ਬਹੁਤ ਹੀ ਸ਼ਾਨਦਾਰ ਲਿਖਾਰੀ ਆਏ ਨੇ ਜੀ। ਕਹਿੰਦੇ ਆਦਰਨੀਆ ਬਹਿਨ ਜੀ ਕੋ ਸਾਦਰ ਪ੍ਰਣਾਮ ਕਰਤਾ ਹੂੰ ਜੀ, ਸਵੀਕਾਰ ਕਰੇ, ਜੀਤੇ ਰਹੋ ਬੇਟਾ, ਭਗਵਾਨ ਆਪਕੋ ਤੰਦਰੁਸਤੀ ਬਖਸ਼ੇ। ਅੱਗੇ ਬਹੁਤ ਸਾਰਾ ਪਿਆਰ ਭੇਜ ਰਹੇ ਨੇ, ਨਮਸਕਾਰ ਭੇਜ ਰਹੇ ਨੇ, ਫਿਰ ਨਮਸਕਾਰ ਭੇਜ ਰਹੇ ਨੇ, ਪਿਆਰ ਭੇਜ ਰਹੇ ਨੇ, ਫਿਰ ਵੱਡਾ ਸਾਰਾ ਆਪਣਾ ਦਿਲ ਭੇਜ ਰਹੇ ਨੇ, ਬਹੁਤ ਸਾਰਾ ਪਿਆਰ ਭੇਜ ਰਹੇ ਨੇ। ਸਦਕੇ ਜਾਵਾਂ ਰਾਜੇ, ਮੈਂ ਤੁਹਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਮਿਹਰ ਕਰਨ। ਅੱਗੇ ਸਾਡੇ ਮਨਦੀਪ ਨਾਗੀ ਜੀ ਆਏ ਨੇ, ਕਹਿੰਦੇ ਹੈਪੀ ਵੈਲੈਂਟਾਈਨ ਡੇ। ਦੋਸਤੋ ਕਬੂਲ ਕਰੋ ਜੀ, ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਵਿਸ਼ ਕੀਤੀ ਆ। ਮਨਦੀਪ ਨਾਗੀ ਜੀ ਕਹਿੰਦੇ ਵਾਰਮ ਵੈਲਕਮ ਟੂ ਯੂ ਬੋਥ ਆਫ ਯੂ। ਥੈਂਕ ਯੂ ਰਾਜੇ, ਥੈਂਕ ਯੂ ਸੋ ਮਚ। ਸਾਡੇ ਰਵਿੰਦਰ ਕੌਰ ਉੱਪਲ ਭੈਣ ਜੀ ਬੜੇ ਮਿਹਨਤੀ ਨੇ, ਦੇਖੋ ਕਦੀ ਇਹਨਾਂ ਨੂੰ ਪਾਕਿਸਤਾਨ ਭੱਜਣਾ ਪੈਂਦਾ, ਕਦੀ ਦਿੱਲੀ ਭੱਜਣਾ ਪੈਂਦਾ, ਕਦੀ ਇਹਨਾਂ ਨੂੰ ਮੋਹਾਲੀ ਆਉਣਾ ਪੈਂਦਾ। ਸੱਚੀ ਗ੍ਰੇਟ ਪਰਸਨੈਲਿਟੀ, ਸੋ ਅਸੀਂ ਇਹਨਾਂ ਦੇ ਬੜੇ ਸ਼ੁਕਰ ਗੁਜ਼ਾਰ ਹਾਂ ਕਿ ਇਹਨਾਂ ਨੂੰ ਸਾਡੇ ਰੰਗ ਐਫ ਐਮ ਦੇ ਨਾਲ ਇੰਨਾ ਪਿਆਰ ਹੈ। ਅੱਗੇ ਕਹਿ ਰਹੇ ਨੇ ਮਾਣਯੋਗ ਹਸਤੀਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ। ਹਾਏ ਹਾਏ, ਨਿੱਘੀ ਆ ਗਿਆ, ਸੱਚੀ ਨਿੱਘ ਆ ਗਿਆ ਰਾਜੇ, ਥੈਂਕ ਯੂ ਸੋ ਮਚ। ਕਿਉਂਕਿ ਹੁਣ ਗਰੇਵਾਲ ਸਾਹਿਬ ਦੀ ਸਤਿ ਸ਼੍ਰੀ ਅਕਾਲ ਵੀ ਮੈਨੂੰ ਹੀ ਲੈਣੀ ਪੈਣੀ ਹੈ, ਉਹ ਜਾ ਚੁੱਕੇ ਨੇ, ਉਹ ਜਹਾਜ਼ 'ਚ ਬੈਠ ਚੁੱਕੇ ਹੋਣੇ ਨੇ। ਸੋ ਅੱਗੇ ਸਾਡੇ ਦਵਿੰਦਰ ਕੌਰ ਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਬੋਬੀ ਬੈਂਸ ਜੀ, ਜੀ ਆਇਆਂ ਨੂੰ ਬੋਬੀ ਬੈਂਸ ਜੀ, ਸਾਰੇ ਹੀ ਮੇਰੇ ਸਰੋਤਿਆਂ ਨੂੰ ਜੀ ਆਇਆਂ ਜੀ। ਕਹਿੰਦੇ ਨੇ ਬੋਬੀ ਬੈਂਸ ਜੀ, ਕਹਿੰਦੇ ਸਤਿ ਸ਼੍ਰੀ ਅਕਾਲ, ਕਿਸ ਤਰ੍ਹਾਂ ਦਾ ਵਕਤ ਆ ਗਿਆ ਹੈ, ਜੋ ਲੋਕ ਬੁਰੇ ਨੇ ਉਹਨਾਂ ਦਾ ਵਕਤ ਵਧੀਆ ਹੈ, ਜੋ ਲੋਕ ਵਧੀਆ ਨੇ ਉਹਨਾਂ ਦਾ ਵਕਤ ਬੁਰਾ ਹੈ। ਬੋਬੀ ਬੈਂਸ ਜੀ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ, ਪਰ ਜਿਹੜਾ ਵਕਤ ਹੈ ਨਾ ਜੀ, ਜਿਹੜੀਆਂ ਵਕਤ ਦੀਆਂ ਸੂਈਆਂ ਨੇ ਬੋਬੀ ਜੀ, ਉਹ ਗੋਲ ਘੁੰਮਦੀਆਂ ਨੇ, ਉਹ ਅਸੀਂ ਕਦੇ ਨਹੀਂ ਕਹਿ ਸਕਦੇ ਕਿ ਕਿਸੇ ਇੱਕ ਦਾ ਵਕਤ ਆ ਗਿਆ। ਜੇ ਅੱਜ ਇੱਕ ਦਾ ਵਕਤ ਆਇਆ ਤੇ ਕੱਲ ਦੂਸਰੇ ਦਾ ਵੀ ਆਉਣਾ, ਜੇ ਅੱਜ ਵਕਤ ਚੰਗਾ ਆਇਆ ਤੇ ਕੱਲ ਬੁਰਾ ਵੀ ਆਉਣਾ, ਜੇ ਅੱਜ ਬੁਰਾ ਆਇਆ ਤੇ ਕੱਲ ਚੰਗਾ ਵੀ ਆਉਣਾ। ਸੋ ਆਪਾਂ ਦੇਖਦੇ ਹਾਂ ਜੀ ਟਿੱਕ ਕੇ ਤਮਾਸ਼ਾ ਕਿ ਇਹ ਵਕਤ ਕੀ ਰੰਗ ਲੈ ਕੇ ਆਉਂਦਾ। ਕਹਿੰਦੇ ਦੇਖਤੇ ਹੈ ਇਹਨਾਂ ਕਿਆ ਰੰਗ ਲਾਤੀ ਹੈ, ਦੇਖਦੇ ਹਾਂ ਆਪਾਂ 20 ਤਰੀਕ ਨੂੰ ਕਿਹੜਾ ਰੰਗ ਆ ਰਿਹਾ ਤੇ 20 ਤਰੀਕ ਤੋਂ ਬਾਅਦ ਕਿਹੜਾ ਰੰਗ ਖਿਲਕੇ ਸਾਡੇ ਸਾਹਮਣੇ ਆ ਰਿਹਾ ਤੇ ਅਸੀਂ ਕੀ ਰੰਗ ਲਾਵਾਂਗੇ 20 ਤਰੀਕ ਨੂੰ, ਸਾਡੀ ਸਾਰੀ ਜਨਤਾ ਕੀ ਰੰਗ ਲਾਵੇਗੀ ਔਰ ਕੀ ਰੰਗ ਲੈ ਕੇ ਆਏਗੀ, ਇਹ ਦੇਖਾਂਗੇ 20 ਤਰੀਕ ਨੂੰ ਤੇ 20 ਤਰੀਕ ਤੋਂ ਬਾਅਦ ਰਿਜ਼ਲਟ ਆਉਣ ਵਾਲੇ ਦਿਨ। ਤੇ ਹੁਣ ਪੇਸ਼ ਨੇ ਜੀ ਸਾਡੇ ਸਾਹਮਣੇ ਸਾਡੇ ਰੰਗ ਐਫ ਐਮ ਦੀ ਜਾਨ ਧੜਕਣ ਹਰਮਨ ਪਿਆਰੇ, ਸਾਡੇ ਰੰਗ ਐਫ ਐਮ ਦੇ ਡਾਇਰੈਕਟਰ ਦੀਪ ਸੰਧੂ ਜੀ, ਹੁਣ ਉਹ ਰੂਬਰੂ ਹੋਣਗੇ ਆਪਣੇ ਸਾਰਿਆਂ ਦੇ। ਲਓ ਜੀ ਕਰ ਲਓ ਗੱਲ, ਮੈਨੂੰ ਤਾਂ ਸ਼ਰਮ ਜੀ ਆ ਜਾਂਦੀ ਹੈ, ਇਦਾਂ ਨਾ ਕਿਹਾ ਕਰੋ। ਖੁਸ਼ਾਮਦੀਦ ਮੇਰੇ ਬਹੁਤ ਹੀ ਪਿਆਰੇ, ਤੁਸੀਂ ਪਲੀਜ਼ ਆਪਣਾ ਚਿਹਰਾ ਸਾਹਮਣੇ ਲੈ ਕੇ ਆਓ, ਸੋਰੀ ਮੈਂ ਇੰਟਰਪਟ ਕਰ ਰਹੀ ਹਾਂ ਤੁਹਾਨੂੰ, ਤੁਸੀਂ ਆਪਣਾ ਚਿਹਰਾ ਲੈ ਕੇ ਆਓ, ਕੈਮਰਾ ਆਨ ਕਰੋ ਪਲੀਜ਼। ਮੈਂ ਬੈਠੀ, ਵੈਲੈਂਟਾਈਨ ਡੇ ਆ, ਸਾਰਿਆਂ ਦੇ ਰੂਬਰੂ ਹੋਵੋ, ਸਾਰਿਆਂ ਦੇ ਕੋਲੋਂ ਪਿਆਰ ਲਓ, ਵੀਰ ਜੀ ਦੀ ਤੰਦਰੁਸਤੀ ਦੀਆਂ ਦੁਆਵਾਂ ਲਓ ਪਲੀਜ਼। ਮੈਂ ਬੈਠੀ ਆ ਭੈਣ, ਪਰ ਮੈਂ ਰਿਕੁਐਸਟ ਕਰੂੰਗੀ ਪਲੀਜ਼ ਕੈਮਰਾ ਆਨ ਕਰ ਲਓ ਪਲੀਜ਼। ਕੈਮਰਾ ਆਨ ਹੈ ਭੈਣ, ਪਰ ਤੁਸੀਂ ਦਿਸ ਨਹੀਂ ਰਹੇ, ਮੈਨੂੰ ਕਿਉਂ ਨਹੀਂ ਦਿਸ ਰਹੇ? ਸਾਰੇ ਮੈਂ ਆਪਣੇ ਪਿਆਰੇ ਭੈਣ ਭਰਾਵਾਂ ਤੇ ਦੋਸਤਾਂ ਨੂੰ ਦੀਪ ਸੰਧੂ ਦਾ ਪਿਆਰ ਭਰਿਆ, ਸਭ ਤੋਂ ਪਹਿਲਾਂ ਤਾਂ ਛੋਟੇ ਭੈਣਾਂ ਭਾਈਆਂ ਨੂੰ ਆਸ਼ੀਰਵਾਦ, ਬਰਾਬਰਦਿਆਂ ਨੂੰ ਸਤਿਕਾਰ ਤੇ ਪਿਆਰ। ਬਹੁਤ ਵਧੀਆ ਲੱਗ ਰਿਹਾ ਜਦੋਂ ਮੈਂ ਹੁਣ ਇੰਨੇ ਦਿਨਾਂ ਬਾਅਦ ਤੁਹਾਡੀ ਰੂਬਰੂ ਹੋਈ ਹਾਂ। ਮੇਰਾ ਖਿਆਲ ਮਹੀਨਾ ਹੀ ਗੁਜ਼ਰ ਗਿਆ, ਪਹਿਲਾਂ ਭੈਣ ਹੋਰੀ ਬਿਮਾਰ ਰਹੇ ਤੇ ਮੈਂ ਧੰਨਵਾਦੀ ਹਾਂ ਗਰੇਵਾਲ ਸਾਹਿਬ ਦੀ, ਜਿਨ੍ਹਾਂ ਨੇ ਇੰਨੇ ਦਿਨ ਵਿਹੜਾ ਇਹ ਸਾਂਭ ਕੇ ਰੱਖਿਆ ਇਸ ਸ਼ੋਅ ਨੂੰ, ਅਤੇ ਹਮੇਸ਼ਾ ਸਾਂਭੀ ਰੱਖਣਗੇ। ਕਦੇ ਕਦੇ ਮੈਂ 20 ਵਿੱਚ ਐਂਟਰੀ ਮਾਰਿਆ ਕਰਾਂਗੀ, ਜਿਸ ਦਿਨ 20 ਤਰੀਕ ਤੱਕ ਤਾਂ ਉਹਨਾਂ ਨੂੰ ਆਪਾਂ ਹਿੱਲਣ ਨਹੀਂ ਦੇਣਾ ਭੈਣ, ਹੈ ਨਾ? ਪਰ ਉਸ ਤੋਂ ਬਾਅਦ 'ਚ ਵੀ ਆਪਾਂ ਉਹਨਾਂ ਨੂੰ ਬਹੁਤ ਬੇਨਤੀ ਕਰਾਂਗੇ ਕਿ ਪਲੀਜ਼, ਹੈ ਨਾ, ਸ਼ੋਅ ਨੂੰ ਇਸੇ ਤਰ੍ਹਾਂ ਚੱਲਣ ਦਿਓ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੈਗੀ ਅਤੇ ਭੈਣ ਹੋਰਾਂ ਦੀ, ਜਿਨ੍ਹਾਂ ਨੇ ਇਸ ਸ਼ੋਅ ਨੂੰ ਟੁੱਟਣ ਨਹੀਂ ਦਿੱਤਾ, ਅਤੇ ਸ਼ੁਕਰਗੁਜ਼ਾਰ ਤੁਹਾਡੀਆਂ ਜਿਹੜੇ ਕਿ ਸਾਡੇ ਨਾਲ ਜੁੜਨੋਂ ਕਦੇ ਵੀ ਨਹੀਂ ਹਟ, ਦਿਲੋਂ ਜੁੜੇ ਹੋ ਤੁਸੀਂ ਸਾਰੇ, ਬਹੁਤ ਪਿਆਰੇ ਹੋ। ਆਈ ਲਵ ਯੂ।
आओ तुहानू गरेवाल साहब दे अंदाज दे विच अज वैलेंटाइन डे कहने हैं। आओ वेखते हैं उन्हां दी बनाई हुई इटली वीडियो। आओ अज वैलेंटाइन डे आ, मैं आखिया तुहानू सारयां नू मैं फुल भेज दिंदा अज। वैलेंटाइनस डे थोनू सारे अज मैं फुल भेज दिना एंड थोड़ा थोड़ा मीह पै रहा, बड़ा साफ है मौसम। दोस्तों अपने निवेकले अंदाज दे विच असीं अज गरेवाल साहब राही तुहानू अपनियां शुभ इच्छावां भेजदे हां जी। जिमें कि गल कर रहे सी भैन वो भी अपना तुहाडे सारयां दे नाल मैं सांझी करना चाहुंदी हां इह गल, पर भैन दे नाल ही इस वक्त गल हो सकदी है, तुसीं सिर्फ सुन सकदे हो देख सकदे हो, पर तुसीं चर्चा दे विच मेरे भैनों भरावो मेरे दोस्तो भाग इसी तरह लेंदे रहा करो, सानू सुझा देंदे रहा करो। जिमें कि हुण आ वीडियो देख के लगता नहीं है जिमें किसी शहर दियां पुरानियां गलियां पुराना इंफ्रास्ट्रक्चर बिल्डिंग्स है ना, ऐ लगता है भी जिमें अपना किसी इंडिया का ही खिता है। ते उन्होंने दस्या भी है एक अछोपले जे बड़े अंदाज जे नाल के ये देश अपने इंडिया तो अमीर नहीं है, पर सिर्फ प्लैंड होण करके इत्थे इन्ना सारा कुछ सही चलण करके अनुशासित होण करके इह देश वधिया तरीके दे नाल चलदे ने, इनकम क्योंकि ईमानदारी है सारा कुछ है इत्थे, ते साढ़े वर्गे लोगों नूं इंज लगता कि नहीं इत्थे तां आमदनी बहुत बहुत ज़्यादा पैसे का मुल है, पर अपां लोगों ने ही तां घटाया होया, उन्हां ने तां गल कोई भी गलत नहीं की। पहली गल तो अपा लोग लीडर नहीं वधिया चुनते, जे चुनते हैं गल्लां बातें चाके विश्वास करके तो फिर उन्होंने कम्मां कारां दे खिलाफ आवाज उठाने का ही आ, कोई बेचारा कर नहीं सकता, जे करता है तो उसकी आवाज दबा दी जाती है। तो हुण खुदा ना खासा हुण रब ने बड़ा सोहना मौका दिता है भी अपा लोगों नूं अगे आउण दा, अपनी मर्जी का लीडर चुनन का, क्योंकि आप पुरानियां सरकारां दा देख चुके हैं। हुण देखो आप ही सोच, कोई आपां तां निरपक्ष गल करनी, आपां किहड़े किसे दे ना विरोध चा ना हक चा, पर सोचना है आपां किन्हां नूं मौके देने ने, किन्हां नवयां नूं लैके आउणा। घट्टो घट एक एक टर्म तां ईमानदारी दी निकलू, अगला प्रूव करूंगा क्यों जी मैं असीं ठीक कह रहे हैं, है ना भैण? बिल्कुल ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਦੀਪ ਜੀ, ਇਹੀ ਗੱਲਾਂ ਤੇ ਜ਼ੋਰ ਹੈ ਗਰੇਵਾਲ ਸਾਹਿਬ ਦਾ ਵੀ। ਉਹ ਵੀ ਕੋਈ ਇਹ ਨਹੀਂ ਕਹਿ ਰਹੇ ਕਿ ਹਾਂ ਜ਼ਬਰਦਸਤੀ, ਤੁਸੀਂ ਉਹ ਅੱਗੇ ਗੱਲਾਂ 'ਚ ਕਹਿ ਵੀ ਚੁੱਕੇ ਨੇ ਕਿ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਤੁਸੀਂ ਆਪਣੀ ਮਰਜ਼ੀ ਨਾਲ ਵੋਟ ਪਾਓ, ਪਰ ਆਪਣੀ ਵੋਟ ਨੂੰ ਜ਼ਾਇਆ ਨਾ ਕਰੋ, ਸੋਚ ਸਮਝ ਕੇ ਪਾਓ ਕਿੱਥੇ ਪਾਉਣੀ ਆ, ਅਤੇ ਉਸ ਵੋਟ ਦਾ ਮੁੱਲ ਆਪਣੀ ਦਾ ਉਹਨਾਂ ਲੋਕਾਂ ਤੋਂ ਪਵਾਓ, ਲੇਕਿਨ ਨਵਿਆਂ ਨੂੰ ਮੌਕਾ ਇੱਕ ਵਾਰ ਜ਼ਰੂਰ ਦਿਓ। ਨਹੀਂ ਬਾਹਰ ਮੰਨ ਲਓ ਵੀ ਉਹ ਵਿਦੇਸ਼ੀ ਨੇ, 50 ਸਾਲ ਹੋ ਗਏ ਉਹਨਾਂ ਨੂੰ ਵਿਦੇਸ਼ਾਂ 'ਚ ਰਹਿੰਦਿਆਂ, ਪਰ ਉਹਨਾਂ ਨੇ ਕੀ ਲੈਣਾ ਦੇਣਾ ਨਹੀਂ ਕਿਸੇ ਵੀ ਸਰਕਾਰ ਤੋਂ। ਉਹ ਇਹ ਜਿਹੜੇ ਵਿਦੇਸ਼ਾਂ 'ਚ ਰਹਿਣ ਵਾਲੇ ਆਪਣੇ ਵੈਲ ਟੂ ਡੂ ਫੈਮਲੀਜ਼ ਵਾਲੇ ਲੋਕ ਨੇ, ਜਿਵੇਂ ਕਿ ਗਰੇਵਾਲ ਸਾਹਿਬ ਨੇ, ਭੈਣ ਤੁਸੀਂ ਨਾ ਮੈਂ ਥੋੜ੍ਹੀ ਜਿਹੀ ਹਾਸੇ ਦਾ ਪੁੱਟ ਲਿਆਵਾਂ, ਤੁਸੀਂ ਖੂੰਜੇ ਲੱਗੇ ਬੈਠੇ ਹੋ ਇੱਕਦਮ ਕਾਰਨਰ ਦੇ ਵਿੱਚ, ਘਰ ਜਿਹਾ ਹੋ ਜਾਓ, ਹੁਣ ਉਹ ਜੀਵ ਜਿਹਾ ਲੱਗੀ ਜਾਂਦਾ। ਨਹੀਂ ਨਹੀਂ ਠੀਕ ਹੈ, ਤੇ ਉਸ ਹਿਸਾਬ ਦੇ ਨਾਲ ਵੀ ਮਤਲਬ ਹੈ ਨਾ ਉਹਨਾਂ ਨੂੰ ਨਹੀਂ ਕਿ ਕਿਸੇ ਗੱਲ ਦੇ ਨਾਲ ਲੈਣਾ ਦੇਣਾ, ਪਰ ਉੱਥੇ ਬੈਠੇ ਜਿਹੜੇ ਆਪਣੇ ਪੰਜਾਬੀ ਵੀਰ ਨੇ, ਪੰਜਾਬੀ ਰਿਸ਼ਤੇਦਾਰ ਨੇ, ਪੰਜਾਬੀ ਲੋਕ ਨੇ, ਉਹਨਾਂ ਨੂੰ ਸਿਰਫ ਇੰਨਾ ਹੁੰਦਾ ਕਿ ਸਾਡਾ ਪੰਜਾਬ ਉੱਦਾਂ ਹੀ ਵੱਸਦਾ ਰਸਦਾ ਜਾਂ ਸਾਡਾ ਦੇਸ਼ ਵਧੀਆ ਦੇਸ਼ ਮੰਨਿਆ ਜਾਵੇ, ਨਾ ਕਿ ਉਹਨਾਂ ਨੂੰ ਬੇਇੱਜ਼ਤੀ ਵਾਲੀਆਂ ਗੱਲਾਂ ਸੁਣਨੀਆਂ ਪੈਣ ਹੋਰਾਂ ਕੋਲੋਂ ਕਿ ਉਹ ਤੁਹਾਡੇ ਦੇਸ਼ 'ਚ ਤਾਂ ਆਹ ਕੁਛ ਹੁੰਦਾ ਆਹ ਕੁਛ ਹੁੰਦਾ। ਬਸ ਇਸੇ ਗੱਲ ਨੂੰ ਜੇ ਲੋਕ ਸਮਝ ਜਾਣਗੇ ਤਾਂ ਸਮਝੋ ਕਿ ਬਹੁਤ ਕਮਾਲ ਹੋ ਗਿਆ। ਤੇ ਦੂਸਰੀ ਗੱਲ, ਸਾਡੇ ਭੈਣ ਰਾਜ ਕਾਲਿਕਾ ਜਰਮਨ ਤੋਂ ਆਏ ਹੋਏ ਨੇ, ਉਹਨਾਂ ਦਾ ਅਸੀਂ ਖੁਸ਼ ਆਮਦੀਦ ਆਪਣੇ ਰੇਡੀਓ ਰੰਗ ਐਫਐਮ ਰਾਹੀਂ ਆਪਣੀ ਭੈਣ ਨੂੰ ਖੁਸ਼ ਆਮਦੀਦ ਕਹਿੰਦੇ ਹਾਂ ਇੰਡੀਆ ਦੇ ਵਿੱਚ ਆਉਣ 'ਤੇ ਬਹੁਤ ਬਹੁਤ ਸਵਾਗਤ। ਅਤੇ ਹੁਣ ਮਿਲਣ ਤੋਂ ਬਾਅਦ 'ਚ ਦੋਸਤੋ ਅਸੀਂ ਫੋਟੋਆਂ ਵੀ ਸ਼ੇਅਰ ਕਰਾਂਗੇ, ਸਾਡੀ ਭੈਣ ਹੈ, ਮਿਲਣਾ ਤਾਂ ਜ਼ਰੂਰ ਹੈ, ਅਸੀਂ ਭੈਣਾਂ ਭੈਣਾਂ ਨੇ,
ਬਿਲਕੁਲ ਸੋ ਬਿਲਕੁਲ ਤੇ ਉਦੋਂ ਅਸੀਂ ਭੈਣ ਨੂੰ ਇਹ ਵੀ ਕਹਾਂਗੇ ਕਿ ਭੈਣ ਜਰਮਨ ਦੇ ਖਿੱਤਿਆਂ ਦੀਆਂ ਵੀ ਸਾਨੂੰ ਵੀਡੀਓਜ਼ ਬਣਾ ਬਣਾ ਕੇ ਭੇਜਿਆ ਕਰੋ ਤਾਂ ਕਿ ਆਪਾਂ ਆਪਣੇ ਸ਼ੋਅ ਦੇ ਵਿੱਚ ਇਹ ਇੱਕ ਨਵੇਕਲਾ ਅੰਦਾਜ਼ ਜਿਹੜਾ ਕਿ ਗਰੇਵਾਲ ਸਾਹਿਬ ਨੇ ਸ਼ੁਰੂ ਕੀਤਾ ਉਹਨਾਂ ਦੇ ਬਿਲਕੁਲ ਵੀਡੀਓਜ਼ ਨੂੰ ਵੀ ਅਸੀਂ ਸ਼ੇਅਰ ਕਰਿਆ ਕਰਾਂਗੇ ਤੇ ਨਾਲ ਦੀ ਨਾਲ ਇਲੈਬੋਰੇਟ ਵੀ ਕਰਿਆ ਕਰਾਂਗੇ ਮਨਾਵਾਂਗੇ ਅਸੀਂ ਤੇ ਜਿਹੜੇ ਸਾਡੇ ਕੈਨੇਡਾ ਜਾਂ ਇੰਗਲੈਂਡ ਤੋਂ ਵੀਰ ਭੈਣ ਨੇ ਜਿਵੇਂ ਬੌਬੀ ਬੈਂਸ ਜੀ ਇੰਗਲੈਂਡ ਤੋਂ ਨੇ ਜਾਂ ਹੋਰ ਕੈਨੇਡਾ ਵਾਲੇ ਜਾਂ ਅਮਰੀਕਾ ਤੋਂ ਹੈ ਨਾ ਤੇ ਉਹ ਵੀ ਜੀ ਸਾਨੂੰ ਅਲੱਗ ਅਲੱਗ ਖਿੱਤਿਆਂ ਦੇ ਵੀਡੀਓ ਭੇਜ ਸਕਦੇ ਨੇ ਤਾਂ ਕਿ ਆਪਾਂ ਉਸ ਸ਼ੋਅ ਦੇ ਵਿੱਚ ਦਿਖਾ ਕੇ ਉਹਨਾਂ ਨੂੰ ਐਕਸਪਲੇਨ ਕਰਿਆ ਕਰੀਏ ਇਹ ਇੱਕ ਆਪਣੇ ਸ਼ੋਅ ਦਾ ਇੱਕ ਨਿਵੇਕਲਾ ਜਿਹਾ ਅੰਦਾਜ਼ ਹੋ ਜਾਊਗਾ ਫਿਲਹਾਲ ਇਹ ਅੰਦਾਜ਼ ਸ਼ੋਅ ਵੀ ਹੋਏ ਸੋਰੀ ਦੀਪਜੀ ਮੈਂ ਇੰਟਰਪਟ ਕਰਿਆ ਤੁਹਾਨੂੰ ਅੰਦਾਜ਼ ਵੀ ਹੋਏਗਾ ਤੇ ਇਹ ਇੱਕ ਬਹੁਤ ਵਧੀਆ ਮੈਸੇਜ ਵੀ ਜਾਏਗਾ ਲੋਕਾਂ ਦੇ ਵਿੱਚ ਕਿ ਅਸੀਂ ਕਈ ਵਾਰੀ ਉਹ ਚੀਜ਼ਾਂ ਦੇਖ ਦੇਖ ਕੇ ਸਾਫ ਸਫਾਈ ਦੀਆਂ ਹੋਰ ਹੋ ਸਕਦਾ ਹੈ ਅਸੀਂ ਉਹਨਾਂ ਨੂੰ ਅਡਾਪਟ ਕਰਨਾ ਸ਼ੁਰੂ ਕਰ ਦਈਏ ਕੁਝ ਚੀਜ਼ਾਂ ਨੂੰ ਬੜਾ ਵਧੀਆ ਮੈਸੇਜ ਹੋਏਗਾ ਬੇਸ਼ੱਕ ਇਹ ਸ਼ੋਅ ਗਰੇਵਾਲ ਸਾਹਿਬ ਦੋਨੋਂ ਹੀ ਗਰੇਵਾਲਸ ਦਾ ਹੋਵੇ ਤਾਂ ਹੀ ਗਰੇਵਾਲ ਸ਼ੋਅ ਲਿਖਿਆ ਹੁੰਦਾ ਕਦੇ ਕਦੇ ਮੈਨੂੰ ਵੀ ਮੌਕਾ ਮਿਲਿਆ ਕਰੂ ਜਿਵੇਂ ਅੱਜ ਮਿਲ ਗਿਆ ਤੇ ਨਹੀਂ ਤਾਂ ਹੋਰ ਮੈਂ ਕਈ ਸ਼ੋਅਸ ਦੇ ਵਿੱਚ ਦੇਖਦੀ ਹਾਂ ਪਰ ਮੈਨੂੰ ਲੱਗਦਾ ਹੈ ਗਰੇਵਾਲਸ ਦਾ ਸ਼ੋਅ ਜ਼ਿਆਦਾ ਹਿੱਟ ਹੈ ਤੇ ਵਿੱਚ ਸੰਧੂਆਂ ਨੇ ਆ ਕੇ ਕੀ ਲੈਣਾ ਦੇਣਾ ਨਹੀਂ ਤੇ ਨਹੀਂ ਨਹੀਂ ਸੰਧੂਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਹੈ ਨਾ ਕਿਉਂਕਿ ਮੇਰੇ ਅੰਦਰ 50% ਖੂਨ ਸੰਧੂਆਂ ਦਾ ਵੀ ਹੈਗਾ ਇਸ ਕਰਕੇ ਅਸੀਂ ਸੰਧੂਆਂ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੈ हाँ नहीं चलो खैर बाय द वे सो दोस्तों जिमें कि भैन हो रही तो गरेवाल साहब हो रहे ने कहा कि भी तक तो आप अवेयरनैस दल्ला कर गल्ला तो हम समझाने लिए कोई नहीं कर रहा तुम तो विद्वान हो सारे बहुत सूझवान हो ता ही तो रंग एफ एम की जान हो ये तो कविता बन गई वाह जी वाह क्या बात है वाह जी वाह सो बस इंज है कि आप जदों शेयर करते हैं अगे तो अगे अपने शोज़ नू अगे तो अगे मैसेजेस पुजते हैं जदों शेयर करते हैं जिन्होंने शेयर करते हैं बस एक छोटा जहा मैसेज होर छड़ दिया करो कि इस शो नू तुसी भी अगे शो शेयर करो क्योंकि अपन लोग कि शटंटा जहाँ के इस चीज़ को चलाया होया अपना जिनी प्योरिटी आप रंग एफ एम चलाने ता ही तुसी सारियां नेक आत्मावां साडे नाल जुड़ियां हो है ना वाकई वाकई सो कोई कहती इन्ने नेक रिश्ते इन्ने प्यारे रिश्ते बने हुए ने कि सानू मैं यही सोचती हुन्नी आ जिवें कई वारी बिपतावां आ जांदियां ने मेरे ते वी भैण ते वी पर तुसी नहीं कदे दूर हुंदे जे वाकई आपां इस तरह नहीं दिखदे तां पर्दे के पीछे फोन्स राहीं अपना राबता रहिंदा है ये प्यार बिल्कुल नहीं तो होर की है इस तो उत्ते होर की चीज़ हो जाती है कि रंग एफ एम ने अपन नु किन्ने रिश्ते दते ने सो दोस्तों बस रिश्तियां तो इलावा दीप जी इन्हां भैन भरावां ने सानू ओह स्ट्रेंथ दित्ती हुई आ कि असीं डिगदे डिगदे उठ के खड़े हो जांदे आ मैं एग्जांपल आ उस चीज दी तुहाडे सामने जो पिछे हालात रहे ने मैनू नहीं लगदा सी कि मैं पुराने उहदे विच अंदाज विच आ सकांगी पर वो सारा इन्हां दे प्यार दे सदका ही ये सारा कुछ पॉसिबल हो चुका है नहीं तुहाडे प्यार दे सदका रंग एफ एम दे प्यार दे सदका ये सारा कुछ पॉसिबल हो चुका है अदरवाइज मैनू लगता शायद अजे तक मैं बैड च ही पे रोई जाना सीगा ते उत्थे ही मैं हाए बूई तौबा करी जाना सी ये जेड़ा डिगदे नू उठाउणा है ना ये बहुत वड्डी दोबारा जिंदगी देनी है जिहड़ी बहुत वड्डा काज है बहुत वड्डी वाहिगुरु की कृपा हैगी है जिहड़े उन्होंने जरिए बनाए ने रंग एफ एम ਰੰਗ ਐਫ ਐਮ ਦੀ ਟੀਮ ਤੇ ਸਾਡੇ ਸਰੋਤੇ ਅਸੀਂ ਸਾਰੇ ਇੱਕ ਦੂਸਰੇ ਦਾ ਜ਼ਰੀਆ ਬਣੇ ਹੋਏ ਆ ਇਸ ਕਰਕੇ ਅਸੀਂ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆ ਔਰ ਰੰਗ ਐਫ ਐਮ ਲਈ ਅਸੀਂ ਹਮੇਸ਼ਾ ਕਾਮਨਾ ਕਰਦੇ ਇਸ ਹਾਂ ਗੱਲ ਕਿ ਲਈ ਇਸੇ ਤਰ੍ਹਾਂ ਚੜ੍ਹਦੀ ਕਲਾ ਬਹੁਤ ਚ ਤੇ ਪਿਆਰ ਤੇ ਸਤਿਕਾਰ ਤੁਹਾਨੂੰ ਹੱਥ ਜੋੜ ਕਿਉਂ ਇਹ ਇਸ ਕਰਕੇ ਨਹੀਂ ਕਿ ਤੁਹਾਡਾ ਕਿਉਂ ਕਿਉਂਕਿ ਜੋ ਭੈਣ ਦੀਆਂ ਗੱਲਾਂ ਨੇ ਜਾਂ ਮੇਰੀਆਂ ਗੱਲਾਂ ਨੇ ਦਿਲੋਂ ਨਿਕਲੀਆਂ ਨੇ ਸਾਨੂੰ ਅਜੇ ਤੱਕ ਕਹਿਣ ਦਾ ਮੌਕਾ ਨਹੀਂ ਸੀ ਮਿਲਿਆ ਕਿਉਂਕਿ ਇਹ ਜਿਹੜਾ ਸ਼ੋਅ ਸੀ ਗਰੇਵਾਲਸ ਦਾ ਸੀ ਤੇ ਗਰੇਵਾਲ ਸਾਹਿਬ ਬਹੁਤ ਹੀ ਕੀਮਤੀ ਗੱਲਾਂ ਦੱਸਦੇ ਹੁੰਦੇ ਨੇ ਤੇ ਉਹ ਦੱਸਦੇ ਰਹਿਣਗੇ ਅਸੀਂ ਉਹਨਾਂ ਨੂੰ ਇਹ ਰੰਗ ਐਫਐਮ ਤੋਂ ਜਾਣ ਨਹੀਂ ਦੇਣਾ ਹੁਣ ਸੋ ਬਿਲਕੁਲ ਮੈਨੂੰ ਇਹ ਹੈ ਕਿਉਂਕਿ ਭੈਣ ਹੋਰੀ ਵੀ એનર્ਜੀ ਨਾਲ ਭਰ ਜਾਂਦੇ ਨੇ ਪਤਾ ਨਹੀਂ ਕਿੱਧਰੋਂ ਕਿੱਧਰੋਂ ਉਹਨਾਂ ਦੇ ਦਿਲ 'ਚ ਸਵਾਲ ਆਈ ਜਾਂਦੇ ਨੇ ਜਿਵੇਂ ਅੱਖਰ ਆਉਂਦੇ ਹੁੰਦੇ ਨੇ ਜਦੋਂ ਲਿਖਣ ਵਾਲਿਆਂ ਦੇ ਜਾਂ ਬਾਣੀ ਬਾਬੇ ਦੇ ਅੰਦਰ ਆਉਂਦੀ ਹੁੰਦੀ ਸੀ ਚਲੋ ਉਹਨਾਂ ਗੱਲਾਂ ਦਾ ਤਾਂ ਮੁਕਾਬਲਾ ਨਹੀਂ ਅਸੀਂ ਕਰ ਸਕਦੇ ਪਰ ਅਸੀਂ ਹੈਰਾਨ ਹੁੰਦੀ ਹੁੰਦੀ ਹਾਂ ਮੈਂ ਵੀ ਪਰਦੇ ਦੇ ਪਿੱਛੇ ਬੈਠੀ ਕਿ ਵਾਹ ਜੀ ਵਾਹ ਕਮਾਲ ਹੈ ਜਿਵੇਂ ਬੜੇ ਐਕਸਪਰਟ ਕੋਈ ਤਿਆਰੀ ਨਹੀਂ ਹੁੰਦੀ ਇਹਨਾਂ ਦੀ ਪਰ
ਕਿੰਨੀਆਂ ਕੀਮਤੀ ਗੱਲਾਂ ਹੁੰਦੀਆਂ ਨੇ ਅੱਜ ਕੱਲ੍ਹ ਗਰੇਵਾਲ ਸ਼ੋਅ ਦੇ ਵਿੱਚ, ਅਤੇ ਮੈਂ ਵਾਕਈ ਮੈਂ ਬੜੀ ਤਰਸੀ ਪਈ ਸੀ ਸ਼ੋਅ ਦੇ ਵਿੱਚ ਆਉਣ ਨੂੰ ਕਿ ਹਾਏ ਰੱਬਾ ਹੁਣ ਮੇਰੀ ਵਾਰੀ ਕਿੱਦਣ ਮਿਲੂਗੀ। ਅਤੇ ਚਲੋ ਖੈਰ, ਬਾਏ ਦਾ ਵੇ, ਅੱਜ ਮੈਨੂੰ ਆਖਿਰ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਅਤੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ, ਸਾਂਝੀਆਂ ਕਰਨ ਦਾ ਮੌਕਾ ਮਿਲ ਹੀ ਗਿਆ। ਅਤੇ ਇਸੇ ਤਰ੍ਹਾਂ ਬਾਕੀ ਦੋਸਤੋ, ਜਿਵੇਂ ਕਿ ਭੈਣ ਆਪਾਂ ਗੱਲਾਂ ਕਰਦੇ ਸੀ ਕਿ ਆਪਣੇ ਨਵੇਂ ਕੁਛ ਨਵੇਂ ਸ਼ੋਅ ਵੀ ਸ਼ੁਰੂ ਹੋਣ ਵਾਲੇ ਨੇ, ਸਿਰਫ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਮਿਆਰ ਦੇਈਏ ਹਮੇਸ਼ਾ, ਤੋ ਬੇਸ਼ੱਕ ਆਪਣੇ ਸ਼ੋਅ 10 ਤੋਂ 12 ਚੱਲ ਰਹੇ ਨੇ, ਪਰ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਮਿਆਰ ਦੇਈਏ। ਹੁਣ ਇਹ ਤੁਸੀਂ ਹੀ ਦੱਸ ਸਕਦੇ ਹੋ ਕਿ ਕਿੰਨੇ ਕੁ ਮਿਆਰੀ ਨੇ, ਬਾਕੀ ਸਾਨੂੰ ਹੋਰ ਸੁਝਾਅ ਵੀ ਦਿੰਦੇ ਰਿਹਾ ਕਰੋ, ਕਿਉਂਕਿ ਅਸੀਂ ਤੁਹਾਡੇ ਸੁਝਾਵਾਂ ਨਾਲ ਹੀ ਅੱਗੇ ਤੁਰ ਅੱਜ ਤੱਕ ਤੁਰੇ ਹਾਂ ਅਤੇ ਤੁਰਦੇ ਰਹਿਣਾ। ਤੁਹਾਡੇ ਸਾਰਿਆਂ ਦੇ ਲਈ ਆਪਾਂ ਇੱਕ ਮਜ਼ਾਹੀਆ ਸ਼ੋਅ ਵੀ ਲੈ ਕੇ ਆ ਰਹੇ ਹਾਂ, 1 ਜਾਂ 2 ਦੇਖੋ ਕਦੋਂ ਨੇਪਰੇ ਚੜ੍ਹਦਾ। ਕਰ ਰਹੇ ਹਾਂ ਪਲੈਨ ਕਿ ਇੱਦਾਂ ਲੈ ਕੇ ਆਈਏ, ਅਤੇ ਮੈਂ ਅਤੇ ਮੇਰੇ ਸਲਾਹਕਾਰ ਸਾਹਿਬ, ਭੈਣ ਹੋਰੀ ਵੀ ਸਾਡੇ, ਕੋਮਲ ਕੌਰ ਜੀ ਵੀ ਸਾਡੇ ਸਲਾਹਕਾਰ ਨੇ, ਸੋ ਜਿਹੜੇ ਹਰ ਵਕਤ ਦੀ ਮੇਰੀ ਸਟਰੈਂਥ ਨੇ। ਸੋ ਹੋਰ ਵੀ ਸਾਨੂੰ ਦਿਓ ਸੁਝਾਅ ਕਿ ਹੋਰ ਕਿਹੜੀ ਕਮੀ ਰਹਿ ਗਈ ਹੈ ਜਿਹੜੀ ਅਜੇ ਤੱਕ ਆਪਾਂ ਕਰ ਨਹੀਂ ਸਕੇ। ਹਰ ਤਰ੍ਹਾਂ ਦਾ ਆਪਾਂ ਦੀ ਕੋਸ਼ਿਸ਼ ਹੈ ਕਿ ਹਰ ਤਰ੍ਹਾਂ ਦਾ ਸ਼ੋਅ ਲੈ ਕੇ ਆਈਏ। ਫਿਲਹਾਲ ਇੱਦਾਂ ਹੀ ਸੇਵਾ ਕਰਦੇ ਰਹੀਏ ਕਲਾ ਦੀ, ਸਾਹਿਤ ਦੀ, ਤੁਹਾਡੀ ਸਭ ਦੀ, ਹੈ ਨਾ, ਜਿਹੜੇ ਕਿ ਸਾਡਾ ਟੁਣ ਦੇ ਕੇ ਹੋਇਆ ਨਹੀਂ ਨੋਟੀਫਿਕੇਸ਼ਨ 'ਤੇ, ਤੁਸੀਂ ਹਮੇਸ਼ਾ ਹਾਜ਼ਰ ਹੁੰਦੇ ਹੋ ਸਾਡਾ ਹੌਸਲਾ ਅਫਜ਼ਾਈ ਕਰਨ ਦੇ ਲਈ। ਇਸ ਤੋਂ ਉੱਤੇ ਹੋਰ ਕੀ ਹੈ? ਧੰਨਵਾਦ ਸ਼ਬਦ ਵੀ, ਇਹ ਗੱਲ ਬਿਲਕੁਲ ਠੀਕ ਕਹੀ ਆ। ਔਰ ਮੈਂ ਇੱਥੇ ਕਹਿਣਾ ਚਾਹੂੰਗੀ, ਤੁਸੀਂ ਇੱਕ ਗੱਲ ਕੀਤੀ ਸੀ ਕਿ ਭੈਣ ਦੇ ਸਵਾਲ, ਮੈਂ ਤੁਹਾਨੂੰ ਸੱਚੀ ਦੱਸਣਾ ਚਾਹਾਂ ਕਿ ਬੜਾ ਡਿਪੈਂਡ ਕਰਦਾ ਸਾਡੀ ਫਰੰਟ ਪਰਸਨੈਲਿਟੀ ਦੇ ਉੱਤੇ ਕਿ ਸਾਡੇ ਸਾਹਮਣੇ ਕਿੱਦਾਂ ਦੀ ਪਰਸਨੈਲਿਟੀ ਹੈਗੀ ਆ, ਔਰ ਉਹਨਾਂ ਦੇ ਗੱਲਬਾਤ ਦੇ ਉੱਤੇ ਔਰ ਉਹਨਾਂ ਦੀ ਹਰ ਚੀਜ਼ ਜਿਹੜੀ ਉਹ ਨਵੀਂ ਤੋਂ ਨਵੀਂ ਰੋਜ਼ ਲੈ ਕੇ ਆਉਂਦੇ ਨੇ, ਇਹ ਉਹ ਚੀਜ਼ਾਂ ਸਾਰੀਆਂ ਮੇਰੇ ਅੰਦਰ ਉਹ ਕਰਿਓਸਿਟੀ ਨੂੰ ਪੈਦਾ ਕਰਦੀਆਂ ਨੇ, ਉਹਨਾਂ ਸਵਾਲਾਂ ਨੂੰ ਪੈਦਾ ਕਰਦੀਆਂ ਨੇ। ਮੈਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿਹੜਾ ਸਵਾਲ ਕਰਨਾ, ਮੈਂ ਕੀ ਬੋਲਣਾ। ਸ਼ਾਇਦ ਉਹ ਤੁਹਾਡੀ ਔਰ ਗਰੇਵਾਲ ਸਾਹਿਬ ਦੀ ਔਰ ਰੰਗ FM ਦੀ ਦੇਣ ਹੈ, ਵਰਨਾ ਮੇਰੀ ਤਾਂ, ਮੈਂ ਬੜੇ ਅੱਗੇ ਵੀ ਪਹਿਲਾਂ ਬਹੁਤ ਵਾਰ ਮੈਂ ਦੱਸ ਚੁੱਕੀ ਹਾਂ, ਮੇਰੀ ਇਹ ਲਾਈਨ ਨਹੀਂ ਸੀ। ਤੇ ਠੀਕ ਕਿਹਾ ਕਿਸੇ ਨੇ ਕਿ ਜੇ ਜੌਹਰੀ ਮਿਲ ਜਾਏ ਤਾਂ ਉਹ ਕੱਚ ਨੂੰ ਵੀ ਤਰਾਸ਼ ਲੈਂਦਾ, ਤੇ ਮੈਂ ਇਹ ਤਾਂ ਨਹੀਂ ਕਹੂੰਗੀ, ਅੱਗੇ ਕੁਛ ਨਹੀਂ ਕਹੂੰਗੀ, ਪਰ ਹਾਂ ਇੰਨਾ ਜ਼ਰੂਰ ਕਹੂੰਗੀ ਕਿ ਤੁਸੀਂ ਤਰਾਸ਼ਣਾ ਸ਼ੁਰੂ ਕੀਤਾ ਹੋਇਆ, ਤੇ ਅੱਗੇ ਇਸ ਕੱਚ ਨੇ ਕੀ ਬਣਨਾ ਉਹ ਤਾਂ ਗੋਡ ਨੋਜ਼। ਪਰ ਜੋ ਸਰੋਤਿਆਂ ਦਾ ਪਿਆਰ ਮਿਲਦਾ, ਜੋ ਸਰੋਤਿਆਂ ਦੇ ਹੌਸਲੇ ਮਿਲਦੇ ਨੇ, ਜੋ ਦੁੱਖ ਸੁੱਖ ਦੇ ਉਹ ਸਾਥੀ ਬਣਦੇ ਨੇ, ਉਹ ਵੀ ਬਹੁਤ ਵੱਡੀ ਤਾਕਤ ਬਣਦੇ ਨੇ ਜੇ ਪੌਲ ਦੀ FM, ਰੰਗ FM ਦੀ, ਦੀਪ ਸੰਧੂ ਦੀ, ਕਿਉਂਕਿ ਉਹਨਾਂ ਦੇ ਹੌਸਲੇ, ਉਹਨਾਂ ਦਾ ਪਿਆਰ ਹੀ ਸਾਨੂੰ ਤਰਾਸ਼ ਰਿਹਾ। ਉਹਨਾਂ ਤੋਂ ਬਿਨਾਂ ਅਸੀਂ ਅਧੂਰੇ ਹਾਂ, ਜਦੋਂ ਤੱਕ ਉਹ ਸਾਡੇ ਨਾਲ ਨੇ ਅਸੀਂ ਪੂਰੇ ਹਾਂ। ਸੋ ਦੀਪ ਜੀ, ਇਹ ਸਾਰਾ ਕੁਛ ਰਲ ਕੇ ਹੀ ਜਦੋਂ ਕਾਫਲਾ ਬਣਦਾ ਤੇ ਉਹਦੇ ਵਿੱਚੋਂ ਫਿਰ ਅੱਗੇ ਅਗਲੀਆਂ ਤਰੰਗਾਂ ਨਿਕਲਦੀਆਂ ਨੇ ਜੀ, ਬਿਲਕੁਲ ਬਹੁਤ ਖੂਬ, ਬਿਲਕੁਲ। ਐਕਚੁਅਲੀ ਮੈਂ ਤਾਂ ਕਾਹਲੀ ਪਾ ਰਹੀ ਹਾਂ ਕਿਉਂਕਿ ਆਪਣੇ ਸਲਾਹਕਾਰ ਸਾਹਿਬ ਸ਼ਹਿਬਾਜ਼ ਖਾਨ 1 ਮਿੰਟ ਵੀ ਉੱਪਰ ਨਹੀਂ ਆਪਣੇ ਸ਼ੋਅ ਨੂੰ ਪਸੰਦ ਕਰਦੇ, ਵੀ 8 ਤੋਂ 4 ਮਿੰਟ ਰਹਿ ਗਏ ਨੇ ਤੇ ਤੁਸੀਂ ਸਰੋਤਿਆਂ ਦੇ ਅੱਜ ਰੂਬਰੂ ਬਾਕੀਆਂ ਦੇ ਹੋਵੋ ਜਿਹੜੇ ਹੁਣ ਰਹਿ ਗਏ ਨੇ 1 ਸੈਕਿੰਡ। ਤੇ ਮੈਂ ਉਹਨਾਂ ਦੇ ਇਸ ਗੱਲ ਦੀ ਡਿਸਰਿਸਪੈਕਟ ਕਦੇ ਨਹੀਂ ਹੁਣ ਕਰਨਾ ਚਾਹੁੰਦੀ, ਕਿਉਂਕਿ ਕਈ ਵਾਰੀ ਆਪਾਂ ਤੋਂ ਹੋ ਜਾਂਦਾ, ਪਰ ਆਪਾਂ ਉਹਨਾਂ ਨੂੰ ਇਨਫੋਰਮ ਜ਼ਰੂਰ ਕਰਦੇ ਹਾਂ। ਇਹ ਜਿਹੜੀ ਉਹਨਾਂ ਦੀ ਸਮੇਂ ਦੀ ਪਾਬੰਦੀ ਆ, ਬਹੁਤ ਖੂਬਸੂਰਤ ਹੈ ਭੈਣ, ਹੈ ਨਾ, ਉਹ ਆਪਾਂ ਵੀ ਸਿੱਖਦੇ ਹਾਂ, ਉਹਨਾਂ ਉਮਰ 'ਚ ਬਹੁਤ ਛੋਟੇ ਨੇ, ਪਰ ਆਪਾਂ ਸਿੱਖਦੇ ਹਾਂ। ਇੱਥੇ ਵੀ ਹੁਣ ਹਾਜ਼ਰ ਹੋ ਗਏ ਅਤੇ ਇਹਦਾ ਮਤਲਬ ਉਹਨਾਂ ਨੇ ਅਲਾਰਮ ਦਿੱਤਾ। ਪਰ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਡਾਕਟਰ ਪਰਮਜੀਤ ਧੰਜੂ ਜੀ, ਜਿਹੜੇ ਕਿ ਆਪਣੇ ਸੱਚੀ ਵਧੀਆ ਸਲਾਹਕਾਰ ਨੇ, ਬਹੁਤ ਹੀ ਪਿਆਰੇ ਇਨਸਾਨ ਨੇ ਅਤੇ ਹਮੇਸ਼ਾ ਬਹੁਤ ਹੀ ਕਮਾਲ ਦੀਆਂ ਗੱਲਾਂ ਦੱਸਦੇ ਨੇ ਸਾਨੂੰ, ਇਹ ਵੀ ਹੋਰ ਭੈਣਾਂ ਵੀਰਾਂ ਵਾਂਗੂ ਸਾਡੇ ਬਹੁਤ ਹੀ ਪਿਆਰੇ ਸਰੋਤੇ ਹੋਣ ਦੇ ਨਾਲ ਨਾਲ ਸਾਡੇ ਵੀਰ ਵੀ ਨੇ। ਅਤੇ ਅੱਜ ਵੀ ਲਿਖਿਆ ਉਹਨਾਂ ਨੇ, ਡਿੱਗਿਆਂ ਨੂੰ ਉਠਾਉਣਾ, ਲੋੜਵੰਦ ਦੀ ਮਦਦ ਕਰਿਆ ਕਰੋ, ਇਹਨਾਂ ਵਿਸ਼ਿਆਂ 'ਤੇ ਵੀ ਪ੍ਰੋਗਰਾਮ ਹੋਣੇ ਚਾਹੀਦੇ ਹਨ ਜੀ, ਜ਼ਰੂਰ ਜ਼ਰੂਰ ਸਦਕੇ। ਅਤੇ ਇੱਕ ਹੋਰ ਦੱਸਿਆ ਕਿ ਪ੍ਰੋਗਰਾਮ ਗੁਸਤਾਖੀਆਂ ਸ਼ੁਰੂ ਕਰ ਲਵੋ, ਹਰ ਹਫ਼ਤੇ 3 ਕੁ ਪਾਰਟੀਸਪੈਂਟ ਆਪਣੀ ਜ਼ਿੰਦਗੀ 'ਚ ਵਾਪਰੀਆਂ ਗੁਸਤਾਖੀਆਂ ਪੇਸ਼ ਕਰਿਆ ਕਰਨ। ਉਹ ਬੱਲੇ ਬੱਲੇ, ਕਮਾਲ ਕਮਾਲ, ਆਪਣੇ ਸ਼ਹਿਬਾਜ਼ ਜੀ ਵੀ ਇੱਥੇ ਬੈਠੇ ਨੇ ਅਤੇ ਤੁਸੀਂ ਗੱਲ ਵੀ ਕਰਤੀ, ਅਤੇ ਮੈਂ ਨੋਟ ਕਰ ਲਿਆ ਜਾਵੇ ਦੀਪ ਜੀ ਪਰਮਜੀਤ, ਲਓ ਜੀ
हो गया जी, मंजूर हो गया, नोट कर लिया जावे जी। लो जी नाल दी नाल आपने मंजूरी भी हरी शहबाज जी झंडी, वालों मिल हरी गई। झंडी वाह मिल गई जी आपां नूं। ते सर आपां सलाहकार साहब दे नाल जरूर गल करके आपां फटाफट तुहानूं इनफॉर्म करदे हां जी, जी, सलाहकार साहब ने तो मंजूरी भी देती। मंजूरी देती है ना। ते सब नूं पता है कि उन्हां दी मंजूरी चाहे लख मैनूं भैण प्यारी होवे, लख कोमल कोमल भी मेरे सलाहकार ने। नहीं वो एक देखो रंग हाँ एफ एम दे एडवाइजर आ, उन्हां दी एक अपनी जगह है, उन्हां दा हाँ एक अपना रोल आ हाँ रंग एफ हाँ एम ये दे मेरे विच, टेक्निकल ठीक है। प्लस होर कई तरह दे ना, यस शी इज मैन। ते या सो इस करके हुण मैनू मेरी हिम्मत नहीं पै रही कि आप एक मिनट भी वेस्ट करिए। मैं बहुत इस गलों अवेयर हाँ कि आओ जी हुण अज तो विदा लैण दा वक्त आ गया है, सिर्फ अज लई। ते कल नू जदों तक गरेवाल साहब शो दे विच आउंदे ने उदों तक तां मैनू टाइम मिल जूगा 5-10 मिंट दा, उस तों बाद च पता नहीं, क्योंकि वो ये शो हुण उन्हां दा दोनों ही गरे वालां दा। सो आओ भैण आपां इजाजत मंगीए भैण होरां कोल सारयां दोस्तां तों, ते परमजीत धनजू जी नाल ही आपां एक वारी सलाह करके, ते कल नू वैसे भी उन्हां दा शो है, डॉक्टर कल। साहब कल हाँ लई जी ना वो मैं यही करियो, कहन हुण जा कल रही ही तैयारी सी, कर लो, ठीक है? ते कल नू देखते हैं जी डॉक्टर साहब दा शो सेहतनामा, सेहतनामा ते उहदे विच कुछ बारे गल करांगे जी। उस तो बाद च फिर इन्हां दा गरीवाल साहब शो है जी, कुछ आरतियां कुछ पारदियां, शहबाज जी दा तां हुंदा ही है। सो हुण इजाजत दियो, सत श्री अकाल। चुप नू भी हुण बोल मिले ने, सत्ते बूहे खोल मिले ने, हर चानण दा जाया ओ जिंदगी संग बोलूगा, हुण रंग बोलूगा।